ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭពਿੰਦਰ ਸਿੰਘ ਸੱਜਣ ਦੋਸਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਦਲ ਕਹੋ ਚਾਹੇ ਕਈ ਇਤਰਾਜ਼ ਕਰਦੇ ਹੈਗੇ ਆ ਵੀ ਅਕਾਲੀ ਲਫ਼ਜ਼ ਕਿਉਂ ਕਿਹਾ ਅਕਾਲੀ ਦਲ ਕਹੋ ਜਾਂ ਜੋ ਮਰਜ਼ੀ ਹੈਗਾ ਜਿੱਦਾ ਮਰਜ਼ੀ ਕਹ ਲਓ ਬਾਦਲ ਦਲ ਕਹ ਲਓ ਬਾਦਲ ਕਿਆਂ ਕੀ ਪਾਰਟੀ ਕਹ ਲਓ ਜੋ ਮਰਜ਼ੀ ਕਹ ਲਓ ਇਸ ਵੇਲੇ ਜੋ ਹਾਲਾਤ ਬਣ ਚੁੱਕੇ ਆ ਸਾਡੇ ਸਾਰਿਆਂ ਦੇ ਹੀ ਸਾਹਮਣੇ ਹੈਗੇ ਨੇ ਆ ਜਿਹੜੇ ਮੈਂ ਪਹਿਲਾਂ ਲਫ਼ਜ਼ ਬੋਲ ਕੇ ਹਟਿਆਣਾ ਵੀ ਕਈ ਇਤਰਾਜ਼ ਕਰਦੇ ਆ ਵੀ ਅਕਾਲੀ ਦਲ ਕਹੋ ਬਾਦਲ ਕਿਆਂ ਦੇ ਪਰਿਵਾਰ ਦੀ ਪਾਰਟੀ ਕਹੋ ਜਾਂ ਇਹ ਕਹੋ ਜਾਂ ਉਹ ਕਹੋ ਇਹ ਸਾਰਾ ਕੁਝ ਆਖਰ ਹੋ ਕਿਉਂ ਗਿਆ ਆਪਾਂ ਸਾਰੇ ਜਾਣੇ ਜਾਣਦੇ ਆਂ ਔਰ ਆਪਾਂ ਸਾਰੇ ਜਾਣੇ ਸਮਝਦੇ ਹੀ ਹੈਗੇ ਆਂ ਵੀ ਇਹ ਸਾਰਾ ਕੁਝ ਹੋ ਕਿਉਂ ਗਿਆ ਦਰਸਨ ਜੇ ਤਾਂ ਸਾਰਾ ਕੁਝ ਵਧੀਆ ਤਰੀਕੇ ਦੇ ਨਾਲ ਚੱਲਦਾ ਰਹਿੰਦਾ ਤਾਂ ਫੇਰ ਕੋਈ ਆਪਣੀ ਹੀ ਧਰਤੀ ਦੀ ਕੋਈ ਇਦਾਂ ਦੀ ਪਾਰਟੀ ਜਿਹੜੀ ਪੰਜਾਬ ਦੀ ਹੀ ਪਾਰਟੀ ਆ ਖੇਤਰੀ ਪਾਰਟੀ ਆ ਉਹਦੇ ਬਾਰੇ ਇਦਾਂ ਦੇ ਅਲਫਾਜ਼ ਨਾ ਬੋਲਦਾ ਤੇ ਨਾ ਕੋਈ ਕਿਸੇ ਪੱਤਰਕਾਰ ਨੂੰ ਕਹਿੰਦਾ ਕਿ ਤੁਸੀਂ ਇਹਨਾਂ ਦੇ ਵਾਸਤੇ ਆ ਵਾਲੇ ਸਤਕਾਰਯੋਗ ਲਫ਼ਜ਼ ਕਿਉਂ ਬੋਲ ਰਹੇ ਹੋ ਆ ਵਾਲੇ ਲਖਜੇ ਬੋਲੋ ਜਿਹੜੇ ਮੈਂ ਪਹਿਲਾਂ ਥੋੜੀ ਦਿਰ ਆ ਬੋਲ ਕੇ ਹਟਿਆ ਤੋ ਇਦਾਂ ਦੇ ਹਾਲਾਤ ਬਣ ਚੁੱਕੇ ਆ ਹੁਣ ਜਿਹੜੇ ਹਾਲਾਤ ਐ ਇਸ ਵੇਲੇ ਮੌਜੂਦਾ ਹੈਗੇ ਆ ਉਹ ਇਹ ਆ ਕਿ ਆਪਾਂ ਸਾਰੇ ਜਣੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਦੇਖ ਰਹੇ ਆ ਕਿ ਜਿਹੜੀ ਇਹਨਾਂ ਦੀ ਪਾਰਟੀ ਆ ਉਹ ਦੁਫਾੜ ਹੋਈ ਪਈ ਨਜ਼ਰ ਆਉਣ ਰਹੀ ਐ ਕਈ ਸੱਜਣੇ ਕਹਿੰਦੇ ਆ ਕਿ ਆ ਅਕਾਲੀ ਦਲ ਤੋਂ ਬਾਗੀ ਹੋਏ ਨੇ ਜਿਹੜੇ ਕਈ ਕਹਿੰਦੇ ਰੁਸ ਕੇ ਚਲੇ ਗਏ ਹੋਇਆ ਕਈ ਕਹਿੰਦੇ ਕਿ ਉਹਨਾਂ ਦੀ ਜ਼ਮੀਰ ਜਾਗ ਗਈ ਆ ਕਈ ਕਹਿੰਦੇ ਕਿ ਸਾਨੂੰ ਇਹਨਾਂ ਨੂੰ ਅਹਿਸਾਸ ਹੋ ਗਿਆ ਹੈਗਾ ਵੀ ਆਪਾਂ ਇਸ ਕਰਕੇ ਇਹਨਾਂ ਨੂੰ ਛੱਡ ਕੇ ਚਲ ਗਏ ਹੈਗੇ ਆ ਸੌਰੀ ਫੀਲ ਕਰਨ ਵਾਸਤੇ ਵੀ ਗਏ ਹੈਗੇ ਆ ਦਰਸ਼ਕੋ ਮੈਨਾਂ ਤੁਹਾਨੂੰ ਖਬਰ ਸੁਣਾਉਣ ਵਾਸਤੇ ਤੁਹਾਡੇ ਰੂਬਰੂ ਨਹੀਂ ਹੋਇਆ ਹੈਗਾ ਖਬਰਾਂ ਤੇ ਹੁਣ ਸਾਡੇ ਜਿਹੜੇ ਪੱਤਰਕਾਰ ਭਾਈਚਾਰਾ ਹੈਗਾ ਉਹ ਸੁਣਾਉਂਦਾ ਹੀ ਹੈਗਾ ਵੱਖ-ਵੱਖ ਨਿਊਜ਼ ਚੈਨਲ ਦੇ ਉੱਪਰ ਤੁਸੀਂ ਦੇਖਿਆ ਹੀ ਹੈਗਾ ਕਿ ਕਿਦਾਂ ਉਹ ਅਕਾਲ ਤਖਤ ਸਾਹਿਬ ਦੇ ਉੱਪਰ ਵੀ ਗਏ ਹੈਗੇ ਆ ਜਥੇਦਾਰ ਸਾਹਿਬ ਦੇ ਕੋਲ ਵੀ ਜਾਂਦੇ ਆ ਉੱਥੇ ਜਾ ਕੇ ਅਰਦਾਸ ਬੇਨਤੀਆਂ ਕਰਦੇ ਆ ਉੱਥੇ ਜਾ ਕੇ ਨਤਮਸਤਕ ਵੀ ਹੁੰਦੇ ਆ ਉੱਥੇ ਜਾ ਕੇ ਸੌਰੀ ਫੀਲ ਕਰਦੇ ਆ ਉੱਥੇ ਜਾ ਕੇ ਮੁਆਫੀਆਂ ਵੀ ਮੰਗ ਰਹੇ ਨੇ ਇਕੱਠੇ ਹੋ ਕੇ ਉਹ ਲੋਕ ਜਿਹੜੇ ਸੁਖਬੀਰ ਬਾਦਲ ਹੋਰਾਂ ਤੋਂ ਲੰਬੇ ਹੋਏ ਨੇ ਹੁਣ ਮੈਂ ਉਹਨਾਂ ਦੀ ਗੱਲ ਕਰ ਰਿਹਾ ਆ ਆਪਾਂ ਖਬਰਾਂ ਸਾਰਿਆਂ ਨੇ ਸੁਣ ਲਈਆਂ ਖਬਰਾਂ ਦੀ ਵੈਸੇ ਕਿਹੜੀ ਗੱਲ ਆ ਖਬਰਾਂ ਤੇ ਮੈਨੂੰ ਲੱਗਦਾ ਕਿ ਹੁਣ ਸਾਨੂੰ ਸੁਣਾਉਣ ਦੀ ਜ਼ਰੂਰਤ ਵੀ ਨਹੀਂ ਐ ਕਿਉਂਕਿ ਜਿੰਨੇ ਵੀ ਅੱਜ ਕੱਲ ਲੀਡਰ ਹੈਗੇ ਨੇ ਉਹ ਆਪਣੇ ਨਾਲ ਕੋਈ ਨਾ ਕੋਈ ਪੱਤਰਕਾਰ, ਕੈਮਰਾਮੈਨ ਰੱਖਦੇ ਹੀ ਹੈਗੇ ਨੇ ਪੱਕੇ ਉਹਨਾਂ ਨੇ ਪੱਕੇ ਪੇੜ ਪੱਤਰਕਾਰ ਆਪਣੇ ਨਾਲ ਹੀ ਰੱਖਲੇ ਹੋਏ ਆ ਹੁਣ ਜਿਹੜੇ ਪੱਤਰਕਾਰ ਉਹਨਾਂ ਦੇ ਕੋਲੋਂ ਹੀ ਤਨਖਾਹ ਲੈਂਦੇ ਆ ਉਹਨਾਂ ਦੇ ਕੋਲੋਂ ਹੀ ਸਾਰਾ ਕੁਝ ਕਰਦੇ ਆ ਉਹਨਾਂ ਦੇ ਪੈਸੇ ਦੇ ਉੱਪਰ ਹੀ ਜਿਨ੍ਹਾਂ ਦਾ ਦਰਉਮਦਾਰ ਚੱਲਦਾ ਹੈਗਾ ਉਹ ਫਿਰ ਖਬਰਾਂ ਵੀ ਉਸ ਤਰੀਕੇ ਦੇ ਨਾਲ ਸੁਣਾਉਂਦੇ ਨੇ ਜਿਹੜੀਆਂ ਖਬਰਾਂ ਸੁਣਨ ਵਾਲੇ ਨੂੰ ਐਂ ਲੱਗੇ ਕਿ ਮਤਲਬ ਉਹਨਾਂ ਦੇ ਖਾਤੇ ਵਿੱਚ ਹੀ ਜਿਸ ਤਰੀਕੇ ਦੇ ਨਾਲ ਸਾਰੀ ਗੱਲਬਾਤ ਦੀ ਹੋਵੇ ਇਸ ਤਰੀਕੇ ਦੇ ਨਾਲ ਉਹ ਖਬਰਾਂ ਸੋ ਖਬਰਾਂ ਵਾਲੇ ਬੰਦੇ ਨਾਲ ਹੀ ਰੱਖੇ ਹੋਏ ਆ ਉਹਨਾਂ ਨੇ ਪਰ ਜਿਹੜੀ ਚੀਜ਼ ਦੀ ਜ਼ਰੂਰਤ ਹੈ ਨਾ ਆਪਾਂ ਉਹ ਗੱਲ ਕਰਾਂਗੇ ਅੱਜ ਖਬਰਾਂ ਤੁਸੀਂ ਸੁਣ ਲਈਆਂ ਦੇਖ ਲਿਆ ਸਾਰਾ ਕੁਝ ਵੱਖ-ਵੱਖ ਨਿਊਜ਼ ਚੈਨਲ ਤੇ ਵੀ ਸੁਣਾਤਾ ਗਿਆ ਸਾਰਾ ਕੁਝ ਕਿ ਕਿਦਾਂ ਉੱਥੇ ਪਹੁੰਚੇ ਮਾਫੀਆ ਵੰਗੀਆਂ ਜਿਹੜੇ ਗੱਲ ਦਰਸ਼ਕੋ ਮੈਂ ਕਰਨਾ ਵਸਤੇ ਤੁਹਾਡੇ ਰੂਪੂ ਰੂਹਾਂ ਉਹ ਇਹ ਆ ਕਿ ਜਿਸ ਤਰੀਕੇ ਦੇ ਨਾਲ ਉਹ ਉੱਥੇ ਜਾਂਦੇ ਨੇ ਮੈਂ ਆਪਣੇ ਪੁਆਇੰਟ ਆਫ View ਤੋਂ ਆਪਣੇ ਨਜ਼ਰੀਏ ਤੋਂ ਤੁਹਾਡੇ ਨਾਲ ਗੱਲ ਸਾਂਝੀ ਕਰੂੰਗਾ ਤੁਹਾਡੇ ਵੀ ਜ਼ਿਹਨ ਵਿੱਚ ਕੁਝ ਨਾ ਕੁਝ ਜ਼ਰੂਰ ਚੱਲਦਾ ਹੋਊਗਾ ਚੱਲਦਾ ਹੁੰਗਾ ਨਹੀਂ ਚੱਲਦਾ ਹੀ ਪਿਆ ਮੈਨੂੰ ਪਤਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰਿਓ ਕਿ ਉਹਨਾਂ ਦਾ ਇਸ ਤਰੀਕੇ ਦੇ ਨਾਲ ਉੱਥਾਂ ਨੂੰ ਇਕੱਠਿਆਂ ਹੋ ਕੇ ਜਾਣਾ ਕੀ ਲੱਗਦਾ ਤੁਹਾਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ ਉਹਨਾਂ ਦਾ ਇਸ ਤਰ੍ਹਾਂ ਦਾ ਅੰਦਾਜ਼ ਜਿਹੜਾ ਹੈਗਾ ਤੁਹਾਨੂੰ ਕਿਹੋ ਜਿਹਾ ਲੱਗਾ ਉੱਥੇ ਜਾ ਕੇ ਅਰਦਾਸ ਬੇਨਤੀ ਕਰਨੀ ਮੁਆਫੀਆਂ ਮੰਗਣੀਆਂ ਕਿਸ ਰੂਪ ਦੇ ਵਿੱਚ ਤੁਸੀਂ ਦੇਖਦੇ ਹੋ ਉਹਨਾਂ ਨੂੰ ਆਮ ਕਰਕੇ ਇਹ ਗੱਲ ਕਹੀ ਜਾਂਦੀ ਹੈ ਕਿ ਜਦੋਂ ਬੰਦਾ ਨਾ ਸੌਰੀ ਫੀਲ ਕਰਦਾ ਜਦੋਂ ਬੰਦੇ ਨੂੰ ਕਿਸੇ ਆਪਣੇ ਪੁਰਾਣੇ ਕੀਤੇ ਹੋਏ ਕੰਮਾਂ ਦਾ ਪਛਤਾਵਾ ਹੁੰਦਾ ਤਾਂ ਉਹਦੀ ਬਾਡੀ ਲੈਂਗੁਏਜ ਉਹਦੀਆਂ ਅੱਖਾਂ ਉਹਦੇ ਚਿਹਰੇ ਦੇ ਹਾਵ ਭਾਵ ਦੱਸ ਦਿੰਦੇ ਆ ਕਿ ਇਹ ਸੱਚੀ ਪਛਤਾ ਰਿਹਾ ਹੈ ਜਾਂ ਨਹੀਂ ਹੁਣ ਇੱਥੇ ਜਿਹੜੀ ਗੱਲ ਹੈਗੀ ਆ ਜੋ ਮੈਨੂੰ ਲੱਗਦਾ ਹੈਗਾ ਉਹ ਤਾਂ ਇਹ ਆ ਕਿ ਦੇਖੋ ਤੁਹਾਨੂੰ ਜੇ ਕਿਸੇ ਗੱਲ ਦਾ ਪਸਤਾ ਵਾਪਸਤਾ ਵਾਹ ਕਿਹੜੀ ਗੱਲ ਦਾ ਪਹਿਲਾਂ ਤੇ ਆਪਾਂ ਨੂੰ ਗਲਤੀਆਂ ਦਾ ਵੀ ਥੋੜਾ ਜਿਹਾ ਦੇਖਣਾ ਪਊਗਾ ਵਿਸ਼ਲੇਸ਼ਣ ਵੈਸੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਹੋ ਹੀ ਰਿਹਾ ਹੈਗਾ ਤੁਸੀਂ ਸਾਰੇ ਜਾਣਦੇ ਹੀ ਹੈਗੇ ਹੋ ਕਿ ਕਿੱਡੇ-ਕੱਡੇ ਵੱਡੇ ਇੱਕ ਹੁੰਦੀ ਹੈ ਗਲਤੀ ਇੱਕ ਹੁੰਦੀ ਹੈ ਇੱਕ ਹੁੰਦਾ ਗੁਨਾਹ ਇੱਕ ਹੁੰਦਾ ਪਾਪ ਤੁਸੀਂ ਵੱਡੇ ਵੱਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਤੋਂ ਲੈ ਕੇ ਤੁਸੀਂ ਦੇਖੋ ਜਿਨ੍ਹਾਂ ਨੇ ਬੇਅਦਬੀ ਕਰਵਾਈ ਅਸੌਦਾ ਸਾਧ ਵਰਗੇ ਆ ਬਹੁਤ ਕੁਝ ਜਗ ਜाहिर ਹੋ ਚੁੱਕਾ ਹੈਗਾ ਆ ਪਿੱਛੇ ਜਿਹੜਾ ਇੱਕ ਇਹਨਾਂ ਦਾ ਬੰਦਾ ਗ੍ਰਿਫਤਾਰ ਕੀਤਾ ਸੀਗਾ 7 ਸਾਲ ਭਗੋੜਾ ਰਿਆ ਉਹ ਮੈਨੂੰ ਉਹਦਾ ਨਾਮ ਵਿਸਰ ਗਿਆ ਜੇ ਮੈਨੂੰ ਗੱਲ ਕਰਨ ਦੀ ਚੇਤੇ ਆ ਗਿਆ ਤਾਂ ਫਿਰ ਮੈਂ ਤੁਹਾਨੂੰ ਦੱਸ ਵੀ ਦਊਗਾ ਉਹ ਜਿਹੜਾ ਬੰਦਾ ਹੈਗਾ ਫੜਿਆ ਗਿਆ ਉਸ ਬੰਦੇ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਤੇ ਉਸ ਬੰਦੇ ਨੇ ਕੋਰਟ ਦੇ ਵਿੱਚ ਬਿਆਨ ਦਿੱਤੇ ਨੇ ਬਕਾਇਦਾ ਉਹ ਕਹਿੰਦਾ ਬਈ ਆ ਆ ਮੇਰੇ ਖਿਆਲ ਤਿੰਨ ਕੁ ਮਹੀਨੇ ਪਹਿਲਾਂ ਦੀ ਗੱਲ ਆ ਜੀ ਹਾਂ ਤਿੰਨ ਚਾਰ ਮਹੀਨੇ ਪਹਿਲਾਂ ਦੀ ਉਹਨੇ ਕੋਰਟ ਵਿੱਚ ਬਿਆਨ ਦਿੱਤੇ ਨੇ ਬਕਾਇਦਾ ਉਹ ਕਹਿੰਦਾ ਕਿ ਮੈਨੂੰ ਡੇਰਾ ਮੁਖੀ ਰਾਮ ਰਹੀਮ ਮੈਂ ਉਹਨੂੰ ਅਤੇ ਜੜੀ ਹਣੀ ਪ੍ਰੀਤਕੌਰ ਵੀ ਉਹਨਾਂ ਨੂੰ ਮੈਂ ਗੱਲਾਂ ਕਰਦਿਆਂ ਸੁਣਿਆ ਸੀਗਾ ਮੈਂ ਉੱਥੇ ਮੌਕੇ ਤੇ ਹਾਜ਼ਰ ਸੀਗਾ ਗੱਲਾਂ ਕਰਦਿਆਂ ਸੁਣਿਆ ਸੀਗਾ ਹਰਜਿੰਦਰ ਸਿੰਘ ਮਾਜੀ ਪ੍ਰਚਾਰਕ ਸਿੱਖ ਪ੍ਰਚਾਰਕ ਆਪਣੇ ਪਈ ਉਹਨਾਂ ਦੇ ਪ੍ਰਚਾਰ ਦੇ ਸਦਕਾ ਉਸ ਇਲਾਕੇ ਦੇ ਲੋਕਾਂ ਨੇ ਆਪਣੇ ਗਲ ਦੇ ਵਿੱਚੋਂ ਬਾਬੇ ਦੇ ਲੋਕਟ ਲਾ ਕੇ ਥੱਲੇ ਸੁੱਟ ਦਿੱਤੇ ਆ ਕਹਿੰਦੇ ਇਹ ਬੇਦਬੀ ਵਾਲੀ ਗੱਲ ਹੋ ਗਈ ਹੈ ਹੁਣ ਜਿਹੜੇ ਪ੍ਰਚਾਰਕ ਦੀ ਬਦੌਲਤ ਇਹ ਲੋਕਟ ਲਾਹੇ ਗਏ ਨੇ ਲੋਕਟ ਦੀ ਬੇਦਬੀ ਹੋ ਗਈ ਭਾਵ ਕਿ ਸਾਡੇ ਜਿਹੜੇ ਸਤਗੁਰੂ ਜਿਨ੍ਹਾਂ ਨੂੰ ਉਹ ਮੰਨਦੇ ਆ ਪਿਤਾ ਜੀ ਸੌਦਾ ਸਾਧ ਗੁਰਮੀਤ ਰਾਮ ਰਹੀਮ ਤੇ ਉਹਦੀ ਬੇਦਬੀ ਹੋ ਗਈ ਕਹਿੰਦੇ ਹੁਣ ਸਿੱਖਾਂ ਨੂੰ ਸਬਕ ਸਿਖਾਉਣ ਦੇ ਵਾਸਤੇ ਕੀ ਕੀਤਾ ਜਾਵੇ ਕਹਿੰਦੇ ਵੀ ਉਹਨਾਂ ਦਾ ਇਸਤ ਉਹਨਾਂ ਦੀ ਬੇਦਬੀ ਕੀਤੀ ਜਾਵੇ ਤਦ ਮਸਲਾ ਹੱਲ ਹੋ ਗਏ ਉਸ ਤੋਂ ਬਾਅਦ ਆਪਾਂ ਸਾਰੇ ਜਣੇ ਜਾਣਦੇ ਆ ਵੀ ਕੀ ਕੁਝ ਵਾਪਰਿਆ ਸੀਗਾ ਸਿੱਖਾਂ ਨੂੰ ਬਕਾਇਦਾ ਚੈਲੰਜ ਕਰਕੇ ਸਿੱਖੋ ਤੁਹਾਡਾ ਗੁਰੂ ਚੋਰੀ ਕੀਤਾ ਸੀ ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਤੁਸੀਂ ਆਪਦਾ ਗੁਰੂ ਲੱਭ ਕੇ ਵਿਖਾਓ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਦੀ ਬੇਦਬੀ ਹੁੰਦੀ ਹੈ ਗੁਰੂ ਮਹਾਰਾਜ ਦੇ ਅੰਗ ਪਾੜ ਪੜ ਕੇ ਸੜਕਾਂ ਦੇ ਉੱਪਰ ਗੰਦੇ ਢੇਰਾਂ ਦੇ ਉੱਪਰ ਨਾਲਿਆਂ ਦੇ ਵਿੱਚ ਵਹਾ ਦਿੱਤੇ ਗਏ ਕੰਧਾਂ ਦੇ ਉੱਪਰ ਪੋਸਟਰ ਲਾਇਆ ਸੀਗਾ ਜਿਹੜੀ ਮੈਂ ਗੱਲ ਬੋਲ ਕੇ ਹਟਿਆਣਾ ਮੈਂ ਪਹਿਲਾਂ ਵੀ ਕਈ ਵਾਰ ਬੋਲੀ ਆ ਮੈਂ ਸਾਰੇ ਅਲਫਾਜ਼ ਜੋ ਉਹ ਉਹਦੇ ਤੇ ਲਿਖਤ ਦੇ ਉੱਪਰ ਲਿਖੇ ਸਕੇ ਉਸ ਪੋਸਟਰ ਦੇ ਉੱਪਰ ਮੈਂ ਉਹ ਬੋਲਦਾ ਨਹੀਂ ਹਾਂਗਾ ਕਦੇ ਵੀ ਨਹੀਂ ਬੋਲੇ ਮੈਂ ਅੱਜ ਵੀ ਨਹੀਂ ਬੋਲੂਗਾ ਪਰ ਮੈਂ ਤੁਹਾਨੂੰ ਇੰਨਾ ਕੁ ਦੱਸ ਦਿੰਨਾ ਕਿ ਬੜੀ ਹੀ ਭੱਦੀ ਸ਼ਬਦਾਵਲੀ ਸਿੱਖਾਂ ਨੂੰ ਚੈਲੰਜ ਕੀਤਾ ਗਿਆ ਸਗਾ ਗੰਦੀਆਂ ਗੰਦੀਆਂ ਗਾਲਾਂ ਵੀ ਲਿਖੀਆਂ ਗਈਆਂ ਸਗੀਆਂ ਇਸ ਤਰੀਕੇ ਦੇ ਨਾਲ ਪੰਜਾਬ ਦੀ ਹੀ ਧਰਤੀ ਯਾਰੇ ਮੈਂ ਤੇ ਹੈਰਾਨ ਹੁੰਨਾ ਹੁੰਦਾ ਕਈ ਵਾਰ ਹਰ ਵਾਰ ਅੱਜ ਵੀ ਉਹਨਾਂ ਨੂੰ ਲੱਗਦਾ ਹੋਊਗਾ ਕਈਆਂ ਨੂੰ ਕਿ ਜਦੋਂ ਇਦਾਂ ਦੀਆਂ ਬੇਦਬੀ ਦੀਆਂ ਘਟਨਾਵਾਂ ਵਾਰ-ਵਾਰ ਵਾਪਰਦੀਆਂ ਨੇ ਤਾਂ ਸਿੱਖਾਂ ਦੇ ਲਈ ਇਹ ਆਮ ਗੱਲ ਹੋ ਜੂਗੀ ਜ਼ਰੂਰੀ ਨਹੀਂ ਹੁੰਦਾ ਕਿ ਸਾਰਿਆਂ ਵਾਸਤੇ ਆਮ ਗੱਲ ਹੋ ਜੂਗੀ ਮੈਂ ਇਹ ਵਾਲੀ ਗੱਲ ਪਤਾ ਨਹੀਂ ਕਿੰਨੀ ਕ ਵਾਰ ਸੁਣਾਈ ਆ ਔਰ ਅੱਜ ਵੀ ਮੈਨੂੰ ਪਹਿਲੀ ਵਾਰ ਸੁਣੌਣ ਲੱਗਿਆ ਜੋ ਫੀਲ ਹੋਇਆ ਸੀਗਾ ਨਾ ਮੈਨੂੰ ਅੱਜ ਵੀ ਉਹੀ ਕੁਝ ਫੀਲ ਹੋ ਰਿਹਾ ਹੈਗਾ ਪੰਜਾਬ ਦੀ ਹੀ ਉਹ ਧਰਤੀ ਜਿੱਥੇ ਕਦੀ ਖਾਲਸੇ ਨੇ ਆਪਣੇ ਝੰਡੇ ਗੱਡੇ ਹੋਣ ਜਿੱਥੇ ਕਦੀ ਖਾਲਸੇ ਦੇ ਆਪਦੇ ਰਾਜ ਰਏ ਹੋਣ ਉਸੇ ਹੀ ਧਰਤੀ ਦੇ ਉੱਪਰ ਅੱਜ ਅੱਜ ਸਿੱਖਾਂ ਨੂੰ ਲਲਕਾਰ ਕੇ ਇੱਕ ਕੱਲ ਦਾ ਬੰਦਾ ਆਣ ਕੇ ਉਹਦੇ ਚਿੱਲੇ ਚਪਟੇ ਕੰਧਾਂ ਦੇ ਉੱਪਰ ਪੋਸਟਰ ਲਗਾਉਂਦੇ ਨੇ ਚੈਲੰਜ ਕਰਦੇ ਨੇ ਸਿੱਖੋ ਤੁਹਾਡਾ ਗੁਰੂ ਚੋਰੀ ਕੀਤਾ ਤੁਹਾਡੇ ਵਿੱਚ ਹਿੰਮਤ ਹੈ ਤਾਂ ਲੱਭ ਕੇ ਵਿਖਾਓ ਉਸ ਤੋਂ ਬਾਅਦ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਹੁੰਦੀ ਹੈ ਇਹ ਸਾਰਾ ਮੰਜ਼ਰ ਸਿੱਖ ਕੌਮ ਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਸੌਦਾ ਸਾਧੂ ਨੂੰ ਮਾਫੀ ਦਿੱਤੀ ਜਾਂਦੀ ਹੈ ਮੋਟਾ ਪੈਸਾ ਖਰਚਿਆ ਜਾਂਦਾ ਉਹਦੇ ਨਾਲ ਏਦਾਂ ਗਲਵਕੜੀ ਏਦਾਂ ਸਾਂਝ ਏਦਾਂ ਸਾਰਾ ਕੁਝ ਪੂਰੀ ਕੌਮ ਨੇ ਲੋਕਾਂ ਨੇ ਆਪਣੀਆਂ ਅੱਖਾਂ ਦੇ ਨਾਲ ਤੱਕਿਆ ਇਸ ਪਾਰਟੀ ਦੀ ਗੱਲ ਕਰ ਰਿਹਾ ਹਾਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਸਾਹਿਬ ਜੀ ਨੂੰ ਵੀ ਉਹਨਾਂ ਨੇ ਵਰਤ ਲਿਆ ਆਪਣੇ ਟੰਗ ਤਰੀਕੇ ਦੇ ਨਾਲ ਆਪਣੇ ਸਿਆਸੀ ਮਫਾਦਿਆਂ ਦੇ ਵਾਸਤੇ ਉਹਨਾਂ ਨੇ ਵਰਤ ਲਿਆ ਕਿੱਡੇ-ਕੱਡੇ ਵੱਡੇ ਇਹ ਗੁਨਾਹ ਨੇ ਇਸ ਤੋਂ ਵੀ ਹੋਰ ਵੱਡੇ ਗੁਨਾਹ ਕਿਹੜੇ ਹੋ ਸਕਦੇ ਆ ਪਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਤੋਂ ਵੱਡੇ ਗੁਨਾਹ ਤਾਂ ਨਹੀਂ ਹੋ ਸਕਦੇ ਜਿਨ੍ਹਾਂ ਨੇ ਕੀਤੀ ਕਰਵਾਈ ਹੋਵੇ ਉਹਨਾਂ ਦੀ ਪੁਸਤ ਪਨਾਹੀ ਕੀਤੀ ਗਈ ਹੋਵੇ ਹੋਰ ਆਜੋ ਗੁਰੂ ਕੇ ਪਿਆਰੇ ਸਿੱਖ ਜਿਨ੍ਹਾਂ ਨੇ ਕੌਮ ਦੀ ਆਨ ਬਾਨ ਅਤੇ ਸ਼ਾਨ ਦੀ ਖਾਤਰ ਕੁਰਬਾਨੀਆਂ ਕੀਤੀਆਂ ਵੱਡੀਆਂ ਔਰ ਪੰਜਾਬ ਦੀ ਇਸ ਧਰਤੀ ਦੇ ਉੱਪਰ ਇੱਕ ਉਹ ਸਮਾਂ ਸੀਗਾ ਜਦੋਂ ਗੁਰੂ ਪਿਆਰੇ ਸਿੱਖ ਪੰਜਾਬ ਦੇ ਜਵਾਨ ਆਪਣੇ ਹੱਕਾਂ ਦੀ ਖਾਤਰ ਸੰਘਰਸ਼ ਕਰਦੇ ਸੀਗੇ ਔਰ ਉਸ ਦੌਰਾਨ ਕਈ ਪੁਲਿਸ ਅਫਸਰਾਂ ਨੇ ਇੱਥੇ ਆਪਣੇ ਮੋਢਿਆਂ ਦੇ ਉੱਪਰ ਫੀਤੀਆਂ ਸਟਾਰ ਲਵਾਉਣ ਦੇ ਚੱਕਰਾਂ ਦੇ ਵਿੱਚ ਕਰਾਂ ਵਿੱਚੋਂ ਕੱਢ-ਕੱਢ ਕੇ ਨੌਜਵਾਨਾਂ ਨੂੰ ਉਹਨਾਂ ਦੇ ਫੇਕ ਐਨਕਾਊਂਟਰ ਕੀਤੇ ਜਿਨ੍ਹਾਂ ਨੇ ਕੀਤੇ ਜਿਨ੍ਹਾਂ ਆਫੀਸਰਸ ਨੇ ਉਹਨਾਂ ਨੂੰ ਇਹਨਾਂ ਨੇ ਮੁਰਮੜ ਅਧਿਆਨ ਦੇ ਉੱਪਰ ਬਹਾਇਆ ਸੋਚ ਕੇ ਵੇਖੋ ਤੁਸੀਂ ਕੌਣ ਲੋਕ ਨੇ ਇਹ ਔਰ ਉਸ ਪਾਰਟੀ ਦੇ ਨਾਲ ਇਹ ਜੁੜੇ ਰਹੇ ਨੇ ਇੱਕ ਹੁੰਦੀ ਹੈ ਗਲਤੀ ਇੱਕ ਹੁੰਦੀ ਹੈ ਆ ਜੋ ਮੈਂ ਦੱਸ ਰਿਹਾ ਇਹਨੂੰ ਗੁਨਾਹ ਕਹਿਣਾ ਪਾਪ ਕਹਿਣਾ ਗਲਤੀ ਕਹਿਣਾ ਜਿੰਨੇ ਵੀ ਸੱਜਣ ਤੁਸੀਂ ਗੱਲ ਸੁਣ ਰਹੇ ਹੋ ਕਮੈਂਟ ਕਰਕੇ ਦੱਸ ਦਿਓ ਵੀ ਇਹਨਾਂ ਗੱਲਾਂ ਨੂੰ ਕੀ ਕਿਹਾ ਜਾਵੇ ਹੋਰ ਬਹੁਤ ਕੁਝ ਹੈਗਾ ਬਹੁਤ ਕੁਝ ਹੈਗਾ ਤੁਹਾਡੇ ਵੀ ਜ਼ਿਹਨ ਵਿੱਚ ਘੁੰਮਦਾ ਹੋਊਗਾ ਜਿਨ੍ਹਾਂ ਨੇ ਸਿੱਖ ਕੌਮ ਦਾ ਕਹਾਣ ਕੀਤਾ ਉਹਨਾਂ ਨੂੰ ਆਪਣੀ ਪਾਰਟੀ ਵੱਲੋਂ ਟਿਕਟ ਦੇ ਕੇ ਨਿਵਾਜਣਾ ਇਜ਼ਹਾਰ ਆਲਮ ਦੀ ਗੱਲ ਕਰ ਰਹੇ ਆ। ਕੌਮ ਵਿਰੋਧ ਕਰਦੀ ਹੈ ਉਹਦੀ ਵਾਈਫ ਨੂੰ ਟਿਕਟ ਦੇ ਕੇ ਨਿਵਾਜਿਆ ਜਾਂਦਾ ਹੈ। ਸੁਮੇਧ ਸੈਣੀ ਵਰਗਿਆਂ ਨੂੰ ਆ ਸਾਰਾ ਕੁਝ ਸਾਡੇ ਸਾਹਮਣੇ ਉਹਨਾਂ ਨੂੰ ਮੋੜ ਮੋੜ ਕੇ ਡੀਜੀਪੀ ਲਾਉਣਾ। ਉਹਨਾਂ ਨੂੰ ਆਪਣੇ ਬੁੱਕਲ ਦੇ ਵਿੱਚ ਲੈ ਕੇ ਬਚਾਉਣ ਦੇ ਯਤਨ ਕਰਨੇ। ਆ ਸਾਰਾ ਕੁਝ ਹੋਇਆ। ਹੋਰ ਸੁਣੋ ਜਿਹੜੀ ਪਾਰਟੀ ਦਾ ਅੱਜ ਇਹ ਵਿਰੋਧ ਕਰ ਰਹੇ ਹਨ ਨਾ ਗੱਲੀਆਂ ਬਾਤੀ ਭਾਰਤੀ ਜਨਤਾ ਪਾਰਟੀ ਕੇਂਦਰ ਦੇ ਵਿੱਚ ਜਿਹਨਾਂ ਦੀ ਸਰਕਾਰ ਹੈ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਚੁੱਕੇ ਆ ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਹੁੰਦੀ ਸੀ ਅਕਾਲੀਆਂ ਦੀ ਔਰ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਐਦਾ ਭਾਈਵਾਲੀ ਹੁੰਦੀ ਸੀ ਕਿ ਜਦੋਂ ਇਹਨਾਂ ਦਾ ਗੱਠਜੋੜ ਹੁੰਦਾ ਸੀਗਾ ਉਸ ਵੇਲੇ ਪੰਜਾਬ ਅਤੇ ਖਾਲਸਾ ਪੰਥ ਦੇ ਵਾਜਬ ਮਸਲੇ ਜਿਹੜੇ ਹੱਲ ਕਰਵਾ ਸਕਦੇ ਸਿਗੇ ਉਦੋਂ ਇਹਨਾਂ ਨੇ ਉਹ ਨਹੀਂ ਕਰਵਾਏ ਉਲਟਾ ਬਹੁਤ ਸਾਰੇ ਮਸਲੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਮਤੇ ਪਾ ਕੇ પાસ ਕਰ ਕਰਵਾ ਸਕਦੇ ਸੀਗੇ ਨਹੀਂ ਕੀਤਾ ਉਲਟਾ ਕੀਤਾ ਕੀ ਭਲਾ ਭਾਜਪੀ ਅਤੇ ਆਰਐਸਐਸ ਦੀ ਵਿਚਾਰਧਾਰਾ ਨੂੰ ਆਪਣੇ ਇਹਨਾਂ ਮੋਢਿਆਂ ਦੇ ਉੱਪਰ ਲੱਦ ਕੇ ਆਪ ਗੱਡਾ ਬਣੀ ਇਹ ਪਾਰਟੀ ਜਿਹੜੀ ਹੈ ਗੱਡਾ ਬਣੀ ਕਿ ਅਸੀਂ ਗੱਡਾ ਬਣਦੇ ਹਾਂ ਸਾਡੇ ਗੱਡੇ ਉੱਤੇ ਸਵਾਰ ਹੋ ਕੇ ਸਾਡੇ ਤੇ ਸਵਾਰ ਹੋ ਕੇ ਤੁਸੀਂ ਆਪਣੀ ਵਿਚਾਰਧਾਰਾ ਨੂੰ ਸਾਡੇ ਪੰਜਾਬ ਦੀ ਧਰਤੀ ਦੇ ਉੱਪਰ ਲੈ ਕੇ ਆਓ ਉਹ ਲੈ ਕੇ ਆਏ ਇਹ ਵਿਚਕਾਰ ਪੁਲ ਦਾ ਕੰਮ ਕੀਤਾ ਇਹਨਾਂ ਲੋਕਾਂ ਨੇ ਇਹਨਾਂ ਨੇ ਬੰਨ ਨਹੀਂ ਲਾਇਆ ਕਿ ਨਹੀਂ ਅਸੀਂ ਆਪਣੇ ਪੰਜਾਬ ਦੀ ਧਰਤੀ ਦੀ ਰਾਖੀ ਕਰਨੀ ਅਸੀਂ ਆ ਸਾਰਾ ਕੁਝ ਇੱਥੇ ਨਹੀਂ ਹੋਣ ਦੇਣਾ ਪੰਜਾਬੀ ਭਾਸ਼ਾ ਤੋਂ ਲੈ ਕੇ ਪੰਜਾਬ ਦੇ ਪਾਣੀਆਂ ਤੋਂ ਲੈ ਕੇ ਪੰਜਾਬ ਦੇ ਹਿੱਤ ਵੇਚਣ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਜੂਨ 1984 ਦੇ ਵਿੱਚ ਜਿਹੜਾ ਫੌਜੀ ਹਮਲਾ ਹੁੰਦਾ ਉੱਥੇ ਤੱਕ ਚੱਲ ਜਾਓ ਤੁਸੀਂ ਉੱਥੋਂ ਵੀ ਹੋਰ ਤੁਸੀਂ ਕਿੱਥੇ ਦੂਰ ਦੂਰ ਤੱਕ ਜਾਣਾ ਬਹੁਤ ਕੁਝ ਮੇਰੇ ਕੋਲ ਹੈਗਾ ਦੱਸਣ ਨੂੰ ਬਹੁਤ ਕੁਝ ਤੁਹਾਨੂੰ ਪਹਿਲਾਂ ਤੋਂ ਹੀ ਪਤਾ ਹੈਗਾ ਅਕਸਰ ਹੀ ਆਪਾਂ ਗੱਲਾਂ ਕਰਦੇ ਹੀ ਰਹਿੰਦੇ ਹੈਗੇ ਐਦਾਂ ਦੀਆਂ ਇਹ ਗਲਤੀਆਂ ਨੇ ਗੁਨਾਹ ਨੇ ਜਾਂ ਪਾਪ ਨੇ ਇਹ ਸਾਰੇ ਕਿਸੇ ਦੀ ਪਰਭਾਈ ਕਿੱਦਾਂ ਹੋਣੀ ਆ ਹੁਣ ਜੇ ਸੱਚਮੁੱਚ ਕੋਈ ਆਖੇ ਨਾ ਕਿ ਮੈਨੂੰ ਅਹਿਸਾਸ ਹੋ ਗਿਆ ਮੈਨੂੰ ਪਛਤਾਵਾ ਹੋ ਗਿਆ ਉਹਦੀ ਪਹਿਚਾਣ ਕੀ ਹੁੰਦੀ ਆ ਭਲਾ ਹੁਣ ਜਦੋਂ ਉੱਥੇ ਨੂੰ ਜਾਂਦੇ ਆ ਨਾ ਅਕਾਲ ਤਖਤ ਸਾਹਿਬ ਤੇ ਮੁਆਫੀ ਮੰਗਣ ਦੇ ਵਾਸਤੇ ਬਾਡੀ ਲੈਂਗੁਏਜ ਕੀ ਦੱਸਦੀ ਐ ਅੱਖਾਂ ਚਿਹਰੇ ਦੇ ਹਾਵ ਭਾਵ ਕੀ ਦੱਸਦੇ ਨੇ ਤੁਸੀਂ ਦੱਸਿਓ ਕਮੈਂਟ ਕਰਕੇ ਆਪਾਂ ਅਕਸਰ ਨਾ ਇੱਕ ਗੱਲ ਬੋਲਦੇ ਹੁੰਨੇ ਆ ਕਿ ਜਿਹੜੇ ਸਿਆਸਤਦਾਨ ਨੇ ਉਹਨਾਂ ਦੀ ਬਾਡੀ ਲੈਂਗੁਏਜ ਉਹਨਾਂ ਦੇ ਮੂੰਹ ਦੇ ਵਿੱਚੋਂ ਬੋਲੇ ਹੋਏ ਅਲਫਾਜ਼ ਉਹਨਾਂ ਦੇ ਚਿਹਰੇ ਦੇ ਹਾਵ ਭਾਵ ਤੁਹਾਨੂੰ ਕੁਝ ਵੀ ਨਹੀਂ ਸੱਚ ਦੱਸ ਸਕਦੇ ਹੁੰਦੇ ਕਿ ਸਾਡੇ ਅੰਦਰ ਚੱਲ ਕੀ ਰਿਹਾ ਹੈਗਾ ਗੱਲ ਮੇਰੇ ਖਿਆਲ ਆਪਾਂ ਸਮਝ ਗਏ ਆ ਇਹਨਾਂ ਬਾਰੇ ਕੁਝ ਨਹੀਂ ਸਮਝ ਆਉਂਦੀ ਹੈਗੀ ਸਿਆਸਤਦਾਨਾਂ ਦੇ ਬਾਰੇ ਕਿਉਂਕਿ ਇਹ ਕੜ-ਕੜ ਕੇ ਕੜ-ਕੜ ਕੇ ਸਿਆਸਤ ਦੇ ਵਿੱਚ ਇੰਨੇ ਕੁ ਜ਼ਿਆਦਾ ਕੜ ਚੁੱਕੇ ਹੁੰਦੇ ਆ ਇਹਨਾਂ ਨੂੰ ਇਹ ਵੀ ਪਤਾ ਹੁੰਦਾ ਕਿ ਅਸੀਂ ਲੋਕਾਂ ਨੂੰ ਬੇਵਕੂਫ ਕਿੱਦਾਂ ਬਣਾ ਲੈਣਾ ਹੈਗਾ ਅਸੀਂ ਬੇਵਕੂਫ ਬਣਾ ਕੇ ਫਿਰ ਉਹਨਾਂ ਦੇ ਦਰਾਂ ਦੇ ਉੱਪਰ ਜਾ ਕੇ ਉਹਨਾਂ ਦੇ ਕੋਲੋਂ ਵੋਟਾਂ ਕਿੱਦਾਂ ਵਟੋੜਨੀਆਂ ਨੇ ਪਰ ਇਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਹੁੰਦਾ ਕਿ ਇੱਕ ਸਮਾਂ ਫਿਰ ਇਦਾਂ ਦਾ ਵੀ ਆ ਜਾਂਦਾ ਹੁੰਦਾ ਹੁਣ ਸ਼ਾਇਦ ਪਤਾ ਲੱਗਿਆ ਹੋਊਗਾ ਕਿ ਉਸ ਤੋਂ ਬਾਅਦ ਫਿਰ ਲੋਕੀ ਬੇਵਕੂਫ ਬਣਨੋਂ ਹਟ ਜਾਂਦੇ ਹੁੰਦੇ ਆ ਉਹਨਾਂ ਨੂੰ ਸਮਝ ਆਉਣ ਲੱਗ ਪੈਂਦੀ ਹੁੰਦੀ ਆ ਨਿਆਣਾ ਨਹੀਂ ਹੁੰਦਾ ਹੈਗਾ ਕੋਈ ਵੀ ਸਾਰੇ ਬੜੇ ਸਿਆਣੇ ਹੈਗੇ ਆ ਆਪਾਂ ਵੀ ਸਿਆਣੇ ਆ ਸਾਰੇ ਸਿਆਣੇ ਹੈਗਾ ਇਹਨਾਂ ਨੂੰ ਲੱਗਦਾ ਕਿ ਸਿਆਣੇ ਨਹੀਂ ਸਾਰੇ ਸਿਆਣੇ ਹੁੰਦੇ ਆ ਉਸ ਤੋਂ ਬਾਅਦ ਫਿਰ ਅਗਲਾ ਕੰਮ ਕੀ ਕਰਨ ਲੱਪੈ ਅਗਲਾ ਕੰਮ ਇਹ ਕਰ ਲੱਪੈ ਮੈਂ ਉਸ ਪਾਰਟੀ ਦੀ ਗੱਲ ਕਰ ਰਿਹਾ ਜਿਸ ਪਾਰਟੀ ਦੇ ਬਾਰੇ ਦਮ ਭਰ ਦਿਆ ਜਿਸ ਪਾਰਟੀ ਦੇ ਬਾਰੇ ਉਹ ਇਹ ਕਹਿੰਦੇ ਆ ਕਿ ਕੁਰਬਾਨੀਆਂ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਪੰਥਕ ਪਾਰਟੀ ਪੰਥਕ ਪਾਰਟੀ ਭਲਾ ਇਦਾਂ ਦੀ ਹੁੰਦੀ ਹੈ ਕਿ ਉਹ ਲੋਕਾਂ ਦੇ ਦਰਾਂ ਦੇ ਉੱਪਰ ਜਾ ਕੇ ਉਹਨਾਂ ਨੂੰ ਆਖੇ ਕਿ ਲਓ ਜੀ ਅਸੀਂ ਤੁਹਾਡੇ ਆਹ ਕਾਰਜ ਸਵਾਰਾਂਗੇ ਅਸੀਂ ਤੁਹਾਨੂੰ ਪੈਸੇ ਤੱਕ ਇਹਦਾ ਖਰੀਦਾ ਵੋਟਾਂ ਦੀ ਖਰੀਦੋ ਫਰੋਖਤ ਹੁੰਦੀ ਹੈ ਜਦੋਂ ਇਲੈਕਸ਼ਨ ਹੁੰਦੇ ਆ ਇਮਾਨਦਾਰੀ ਦੇ ਨਾਲ ਕਮੈਂਟ ਕਰਕੇ ਦੱਸ ਦਿਓ ਕੋਈ ਵੀ ਜੇ ਕਿਸੇ ਨੂੰ ਲੱਗਦਾ ਕਿ ਨਹੀਂ ਸਾਡੇ ਹਲਕੇ ਦੇ ਵਿੱਚ ਸਾਡੇ ਹਲਕੇ ਦੇ ਵਿੱਚ ਤਾਂ ਐਦਾ ਹੋਇਆ ਨਹੀਂ ਜਿਹੜੇ ਮੈਂ ਗੱਲ ਹੁਣ ਬੋਲਣ ਲੱਗਾ ਮੈਨੂੰ ਪਤਾ ਇਸ ਗੱਲ ਦਾ ਤੁਹਾਨੂੰ ਵੀ ਪਤਾ ਹੈਗਾ ਸਾਰਿਆਂ ਨੂੰ ਪਿੰਡ ਪੱਦਰ ਤੱਕ ਪਰਿਵਾਰਾਂ ਤੱਕ ਸ਼ਰਾਬਾਂ ਦੀਆਂ ਪੇਟੀਆਂ ਵੀ ਵਰਤਾਈਆਂ ਜਾਂਦੀਆਂ ਇਲੈਕਸ਼ਨਾਂ ਦੇ ਵਿੱਚ ਪੰਥਕ ਪਾਰਟੀ ਦੀ ਗੱਲ ਕਰ ਰਿਹਾ ਮੈਂ ਪੰਜਾਬ ਦੀ ਧਰਤੀ ਹੋਵੇ ਕਿੰਨਾ ਦੁੱਖ ਔਰ ਤਕਲੀਫ ਉਹ ਲੋਕ ਚੱਲਦੇ ਨੇ ਕਿੰਨਾ ਝੱਲਿਆ ਉਹਨਾਂ ਲੋਕਾਂ ਨੇ ਆਪਣੀ ਅੱਖਾਂ ਦੇ ਨਾਲ ਜਿਨ੍ਹਾਂ ਨੇ ਆ ਸਾਰਾ ਕੁਝ ਵੇਖਿਆ ਇਹਨਾਂ ਨੂੰ ਭਈ ਸਾਡੀ ਧਰਤੀ ਜਿੱਥੇ ਸਾਡੇ ਪੁਰਖਿਆਂ ਰਾਜ ਕੀਤਾ ਉਸ ਧਰਤੀ ਦੇ ਉੱਪਰ ਇਹ ਲੋਕ ਅੱਜ ਰਾਜ ਕਰ ਰਹੇ ਆ ਔਰ ਇਸ ਤਰੀਕੇ ਦੇ ਨਾਲ ਕਰ ਰਹੇ ਨੇ ਲੋਕਾਂ ਦੇ ਨਾਲ ਇਹਨਾਂ ਦੀ ਡੀਲਿੰਗ ਇਦਾਂ ਦੀ ਹੈਗੀ ਆ ਆਪਣੇ ਹੀ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਇਹ ਕਮਜ਼ੋਰ ਬਣਾ ਰਹੇ ਨੇ ਪੰਜਾਬ ਦੇ ਹਿੱਤ ਵੇਚ ਰਹੇ ਨੇ ਕੇਂਦਰ ਦੇ ਕੋਲ ਸਾਰਾ ਕੁਝ ਕੀਤਾ ਮੈਂ ਇੱਕ ਸਵਾਲ ਕਰਦਾ ਹੁਣਾਂ ਅੱਜ ਵੀ ਕਰਦਾ ਕੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ ਪੰਜਾਬੀਓ ਤੁਹਾਡੇ ਕੋਲ ਕੋਈ ਖੋਹ ਕੇ ਕੁਝ ਵੀ ਲੈ ਜਾਵੇ ਤੁਸੀਂ ਇੰਨਾ ਸੌਖਾ ਕਿਸੇ ਨੂੰ ਖੋਹ ਕੇ ਕੁਝ ਵੀ ਆਪਣੇ ਕੋਲ ਲੈ ਜਾਣ ਦਿੰਦੇ ਹੁੰਦੇ ਹੋ ਦੱਸਿਓ ਕਮੈਂਟ ਕਰਕੇ ਮੇਰੇ ਕੋਲ ਜਵਾਬ ਹੈਗਾ ਨਹੀਂ ਤੁਸੀਂ ਇੰਨਾ ਸੌਖਾ ਆਪਣੇ ਹੱਥੋਂ ਕੁਝ ਵੀ ਨਹੀਂ ਜਾਣ ਦਿੰਦੇ ਹੁੰਦੇ ਪਰ ਜੇ ਅਗਲਾ ਤਰੀਕੇ ਦੇ ਨਾਲ ਲੈ ਜਾਵੇ ਬੇਵਕੂਫ ਬਣਾ ਕੇ ਲੈ ਜਾਵੇ ਜਾਂ ਤੁਹਾਡੇ ਆਪਣੇ ਵਿੱਚੋਂ ਹੀ ਕਿਸੇ ਨੂੰ ਆਪਣੇ ਨਾਲ ਰਲਾ ਕੇ ਗद्दार ਬਣਾ ਲਵੇ ਫਿਰ ਤੁਹਾਡਾ ਘਰ ਕੋਈ ਲੁੱਟ ਕੇ ਲੈ ਜਾਵੇ ਐਦਾ ਤਾਂ ਜ਼ਰੂਰ ਹੋ ਜਾਂਦੀ ਆ ਪਰ ਧੱਕੇ ਦੇ ਨਾਲ ਤੁਹਾਡੇ ਕੋਲੋਂ ਕੋਈ ਵੀ ਕੁਝ ਵੀ ਨਹੀਂ ਲਜਾ ਸਕਦਾ ਹੁਣ ਜਿਹੜਾ ਲੱਗਦਾ ਨਾ ਕਿ ਪੰਜਾਬ ਦੇ ਨਾਲ ਕੇਂਦਰ ਨੇ ਧੱਕਾ ਪੰਜਾਬ ਦੇ ਨਾਲ ਕੇਂਦਰ ਵੱਲੋਂ ਵਿਤਕਰਾ ਐਦਾ ਨਹੀਂ ਕਰ ਲਿਆ ਉਹਨਾਂ ਨੇ ਨਾਲ ਰਲੇ ਭਾਈਵਾਲ ਬਣੇ ਤਾਂ ਕਰਕੇ ਸਾਰਾ ਕੁਝ ਹੋ ਗਿਆ ਹੁਣ ਅੱਜ ਜੇ ਲੱਗਦਾ ਭਾਈਵਾਲੀ ਟੁੱਟ ਗਈ ਹੈ ਬੀਜੇਪੀ ਦੇ ਨਾਲ ਸਾਂਝ ਨਹੀਂ ਹੈਗੀ ਅਗਲੇ ਆਪਨੇ ਦਮ ਦੇ ਉੱਪਰ ਪੰਜਾਬ ਦੇ ਵਿੱਚ ਐਤਕੀ ਚੋਣਾਂ ਲੜੀਆਂ ਨੇ ਔਰ ਐਤਕੀ ਹਾਲਾਤ ਅਕਾਲੀ ਦਲ ਦੇ ਇੱਥੇ ਕਿਉਂ ਜੇ ਹੋ ਗਿਆ ਆਪਾਂ ਸਾਰੇ ਸਮਝਦੇ ਹਾਂ ਤੇਨੇ ਸੀਟਾਂ ਤੇ ਸਿਮੇਂਟ ਪੇਰਾ ਗਿਆ ਆ ਹੁਣ ਜਿਹੜੀਆਂ ਜਿਹੜੀਆਂ ਇਲੈਕਸ਼ਨ ਹੋ ਕੇ ਆਟਾ ਹੁਣ ਆ ਤੂੰ ਹੀ ਦੇਖੋ ਹਾਸ਼ੀਏ ਦੇ ਉੱਪਰ ੱਟਕੇ ਗਏ ਆ ਹੁਣ ਹੁਣ ਜਿਹੜੇ ਛੱਡ ਕੇ ਜਾ ਰਹੇ ਆ ਜੋ ਮੈਨੂੰ ਲੱਗਦਾ ਹੈਗਾ ਇਨਕਾਰ ਕਰ ਦੇਣ ਉਹ ਸਾਬਤ ਕਰ ਦੇਣ ਜਦੋਂ ਤੇ ਸਗੀਆਂ ਪੂਰੀਆਂ ਚੜ੍ਹਾਈਆਂ ਕਿਹੜੀਆਂ ਚੜ੍ਹਾਈਆਂ ਭਲਾ ਚੜ੍ਹਦੀ ਕਲਾ ਵਾਲੀਆਂ ਨਹੀਂ ਆਰਥਿਕ ਤੌਰ ਤੇ ਗਫੇ ਐਨ ਪੂਰਾ ਰਤਬਾ ਮਾ ਆਪਣੀ ਚਲਦੀ ਸੀ ਜਿਦਾ ਠਾਣਿਆਂ ਤੱਕ ਜਿਦਾ ਕਹ ਲੋ ਮੈਂ ਕਈਆਂ ਦੇ ਮੂੰਹੋਂ ਸੁਣਿਆ ਵੀ ਥਾਣੇ ਵੀ ਪੁਲਿਸ ਥਾਣੇ ਵੀ ਠੇਕੇ ਦੇ ਦਿੱਤੇ ਹੁੰਦੇ ਸੀ। ਐਨੇ ਪੈਸੇ ਹੁੰਦੇ ਉਹ ਤੇ ਫਿਰ ਉਸ ਹੱਬ ਦੇ ਨਾਲ ਸਾਰਾ ਕੁਝ ਬਹੁ ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ ਹੈਗੀ। ਪਤਾ ਸਾਰਿਆਂ ਨੂੰ ਸਾਰਾ ਕੁਝ ਹੀ। ਐਦਾਂ ਦਾ ਵੀ ਸਾਰਾ ਕੁਝ ਇੱਥੇ ਹੁੰਦਾ ਰਿਹਾ। ਉਸ ਵੇਲੇ ਸਾਰੇ ਨਾਲ ਰਹੇ ਆ। ਹੁਣ ਜਦੋਂ ਡਾਊਨਫਾਲ ਤੇ ਚਲ ਗਏ ਆ। ਹੁਣ ਉਧਰੋਂ ਨਿਕਲ ਕੇ ਕਹਿ ਰਿਹਾ ਕਿ ਸਾਨੂੰ ਪਛਤਾਵਾ ਹੋ ਗਿਆ। ਪਛਤਾਵਾ ਹੋ ਰਿਹਾ ਹੈ ਜਾਂ ਨਹੀਂ। ਮੈਨੂੰ ਤਾਂ ਨਹੀਂ ਲੱਗਦਾ ਹੈਗਾ ਕਿ ਪਛਤਾਵਾ ਹੋ ਰਿਹਾ ਹੈ। ਪਹਿਲਾਂ ਮੈਂ ਗੁਨਾਹ ਪਾਪ ਜਾਂ ਗਲਤੀਆਂ ਜਿਹੜੀਆਂ 3-4 ਦਸੀਆਂ ਨੇ ਇਸ ਤੋਂ ਇਲਾਵਾ ਬਹੁਤ ਕੁਝ ਹੈਗਾ ਸਿਰੇ ਦੀਆਂ ਆ ਜਿਹੜੀਆਂ ਪਹਿਲਾਂ ਮੈਂ ਦੱਸ ਕੇ ਹਟਿਆ ਫੇਕ ਐਨਕਾਊਂਟਰਾਂ ਤੋਂ ਲੈ ਕੇ ਪਾਰਟੀ ਅਫਸੋਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਦੋਸ਼ੀਆਂ ਨੂੰ ਬਚਾਉਣ ਵਾਲੇ ਔਰ ਜਿਨ੍ਹਾਂ ਨੇ ਕੌਮ ਦਾ ਕਹਾਣ ਕੀਤਾ ਉਹਨਾਂ ਦੀ ਪੁਸਤ ਪਨਾਹੀ ਕਰਨ ਵਾਲੇ ਪੰਜਾਬ ਦੇ ਹਿੱਤ ਕੇਂਦਰ ਦੇ ਕੋਲ ਵੇਚਣ ਵਾਲੇ ਪੰਜਾਬ ਦੇ ਪਾਣੀ ਸਾਰਾ ਕੁਝ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਉੱਪਰ ਹਮਲੇ ਦੀ ਆਗਿਆ ਉਹਨਾਂ ਨੂੰ ਆਪ ਚਿੱਠੀਆਂ ਪਾ ਪਾ ਕੇ ਸਾਰਾ ਕੁਝ ਅੱਜ ਜਗ ਜਾਰ ਹੋ ਚੁੱਕਾ ਹੈਗਾ ਆ ਲੋਕ ਅੱਜ ਜਦੋਂ ਇਹਨਾਂ ਤੋਂ ਲੰਬੇ ਹੋ ਕੇ ਉਸ ਸਮੇਂ ਜਦੋਂ ਉਹਨਾਂ ਦੀ ਪਾਰਟੀ ਨਿਹਾਰਵਲ ਜਾ ਚੁੱਕੀ ਹੈਗੀ ਆ ਜਦੋਂ ਉੱਥੇ ਜਾ ਕੇ ਮਾਫੀ ਮੰਗਦੇ ਆ ਮੈਨੂੰ ਤੇ ਯਕੀਨ ਨਹੀਂ ਆਉਂਦਾ ਹੈਗਾ ਐਡੇ ਐਡੇ ਵੱਡੇ ਜ਼ਬਰਦਸਤ ਤੁਹਾਡੇ ਰਾਜਭਾਗ ਦੇ ਦੌਰਾਨ ਕੰਮ ਹੋਏ ਹੋਣ ਔਰ ਮੈਂ ਤੇ ਇਹ ਸਮਝਦਾ ਕਿ ਤੁਹਾਨੂੰ ਸੌਰੀ ਫੀਲ ਕਰਨੀ ਹੀ ਨਹੀਂ ਚਾਹੀਦੀ ਜੇ ਸੱਚਮੁੱਚ ਅਫਸੋਸ ਹੋ ਰਿਹਾ ਹੋਵੇ ਜੇ ਸੱਚਮੁੱਚ ਕਿਸੇ ਗੱਲ ਦਾ ਪਛਤਾਵਾ ਹੋ ਰਿਹਾ ਹੋਵੇ ਤਾਂ ਚਾਹੀਦਾ ਕੀ ਹੈਗਾ ਭਲਾ ਤੁਹਾਡੇ ਵਿੱਚੋਂ ਕਈਆਂ ਨੂੰ ਫਿਲਮਾਂ ਦੇਖਣ ਦੀ ਆਤ ਹੋਊਗੀ ਮੈਨੂੰ ਸਿੱਗੀ ਕਾਫੀ ਹਾਲੇ ਵੀ ਮੈਂ ਕਦੇ-ਕਦੇ ਵੇਖ ਲੈਣਾ ਜਿਹੜੀਆਂ ਹਾਰਟ ਟੱਚਿੰਗ ਜੀਆਂ ਹੁੰਦੀਆਂ ਫਿਲਮਾਂ ਮੈਂ ਕਿਵਰ ਵੇਖਦਾ ਹੈਗਾ ਆਪਣੀ ਜ਼ਿੰਦਗੀ ਵਿੱਚ ਵੀ ਸਾਡੇ ਕਈ ਵਾਰ ਵਾਪਰਦਾ ਹੈਗਾ ਮੇਰੀ ਜ਼ਿੰਦਗੀ ਦੇ ਵਿੱਚ ਵੀ ਵਾਪਰਿਆ ਤੁਹਾਡੀ ਜ਼ਿੰਦਗੀ ਵਿੱਚ ਵੀ ਕਈ ਵਾਰ ਵਾਪਰਿਆ ਅਸੀਂ ਉੱਥੇ ਜਦੋਂ ਫਿਲਮਾਂ ਦੇਖਦੇ ਆਂ ਜਾਂ ਸਾਡੀ ਆਪਣੀ ਜ਼ਿੰਦਗੀ ਚ ਵਾਪਰਦਾ ਉਦੋਂ ਆਪਾਂ ਬੜਾ ਸੌਖਾ ਸਮਝਦੇ ਆਂ ਅਸੀਂ ਬੜੇ ਛਤੀ ਭਾਵੁਕ ਵੀ ਹੁੰਨੇ ਆਂ ਸਾਰਾ ਕੁਝ ਕਰਦੇ ਆ ਇੱਕ ਮਾਂ ਪੁੱਤ ਕਹਿਣਾ ਨਹੀਂ ਮੰਨਦਾ ਇੱਕ ਵਾਰ ਹੋਇਆ ਦੋ ਵਾਰ ਹੋਇਆ ਚਾਰ ਵਾਰ ਹੋਇਆ ਮਾਫੀ 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 ਇੱਕ ਸਮਾਂ ਇਦਾਂ ਦਾ ਆ ਜਾਂਦਾ ਅਗਲੇ ਕਹਿੰਦੇ ਵੀ ਤੂੰ ਐਡਾ ਜ਼ਬਰਦਸਤ ਘਟਿਆ ਕੰਮ ਕਰ ਚੁੱਕਾ ਨਾ ਪੁੱਤ ਮਾਂ ਕਦੀ ਆਪਣੇ ਪੁੱਤ ਨੂੰ ਵੱਧ ਅਸੀਸ ਨਹੀਂ ਦਿੰਦੀ। ਜੱਗ ਕਹਿੰਦਾ ਸੰਸਾਰ ਕਹਿੰਦਾ ਆਹ ਗੱਲ ਸਾਡਾ ਸਮਾਜ ਆਹ ਗੱਲ ਕਹਿੰਦਾ ਪਰ ਤੁਸੀਂ ਸੋਚ ਕੇ ਵੇਖੋ ਕਿ ਮਾਂ ਆਪਣੇ ਪੁੱਤ ਨੂੰ ਜਦੋਂ ਵੱਧ ਅਸੀਸ ਦੇਵੇ ਤਾਂ ਪੁੱਤ ਨੇ ਕਿਉਂ ਦੇ ਕੰਮ ਕੀਤੇ ਹੋਣਗੇ ਕਿ ਮਾਂ ਉਹਨੂੰ ਵੱਧ ਅਸੀਸ ਦਿੰਦੀ ਹੈ। ਉਸ ਤੋਂ ਬਾਅਦ ਸਮਾਂ ਬਦਲਦਾ ਹਾਲਾਤ ਬਦਲਦੇ ਆ। ਉਸ ਪੁੱਤਰ ਨੂੰ ਜਦੋਂ ਇਸ ਗੱਲ ਦਾ ਅਹਿਸਾਸ ਹੁੰਦਾ ਸੱਚਮੁੱਚ ਜੇ ਸੱਚਮੁੱਚ ਹੁੰਦਾ ਹੋਵੇ ਕਿ ਮੇਰੀਆਂ ਗਲਤੀਆਂ ਨੇ ਮੇਰੀ ਮਾਂ ਆਪਣੀ ਜਗ੍ਹਾ ਸਹੀ ਹੈ ਤਾਂ ਫਿਰ ਮਾਂ ਦੇ ਦਰਦ ਦੇ ਉੱਪਰ ਜਾਂਦਾ ਮਾਂ ਅੱਗੋਂ ਜੇ ਤਾਂ ਇਹ ਗੱਲ ਆਖੇ ਕਿ ਕਾਕਾ ਤੂੰ ਕੰਮ ਇਹੋ ਜਿਹਾ ਕੀਤੇ ਆ ਨਾ ਤੂੰ ਆਪਣੇ ਬਾਪੂ ਦੇ ਨਾਲ ਵੀ ਇਸ ਤਰੀਕੇ ਨਾਲ ਪੇਸ਼ ਆਉਂਦਾ ਰਹਿਆ ਨਾ ਤੇਰਾ ਪਿਓ ਤੂੰ ਮੇਰਾ ਪੁੱਤ ਬਾਅਦ ਚ ਪਹਿਲਾਂ ਮੇਰਾ ਉਹ ਪਤੀ ਆ ਤੂੰ ਚਲਾ ਜਾ ਇੱਥੋਂ ਤੂੰ ਨਿਕਲ ਜਾ ਇੱਥੋਂ ਫਿਰ ਉਸ ਤੋਂ ਬਾਅਦ ਫਿਰ ਜੇ ਉਹਨੂੰ ਸੱਚਮੁੱਚ ਪਛਤਾਵਾ ਹੋ ਰਿਹਾ ਹੋਵੇ ਨਾ ਤਾਂ ਮੇਰੇ ਖਿਆਲ ਦੇ ਨਾਲ ਤਾਂ ਉਹਨੂੰ ਪਹਿਲਾਂ ਆਪਣੀ ਮਾਂ ਦੇ ਕੋਲ ਦਰ ਦੇ ਉੱਪਰ ਜਾਣ ਦੀ ਵੀ ਜ਼ਰੂਰਤ ਨਹੀਂ ਹੈਗੀ ਮਾਂ ਨੇ ਘਰੋਂ ਕੱਢ ਦਿੱਤਾ ਉਹਨੂੰ ਕੁਝ ਐਦਾਂ ਦੇ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ ਹੁੰਦਾ ਐਦਾਂ ਸਾਨੂੰ ਫਿਲਮਾਂ 'ਚ ਵੀ ਅਗਲੇ ਐਦਾਂ ਦੀਆਂ ਕਹਾਣੀਆਂ ਸੁਣਾਉਂਦੇ ਆ ਫਿਲਮਾਂ ਆ ਫਿਲਮਾਂ ਆ ਕੇ ਦੱਸਦੇ ਆ ਸਾਡੀ ਆਪਣੀ ਜ਼ਿੰਦਗੀ ਵਿੱਚ ਵੀ ਵਾਪਰਿਆ ਹੁੰਦਾ ਉਹ ਕੰਮ ਕਰਦੇ ਆ ਐਦਾਂ ਦੇ ਮੁਆਫੀਆਂ ਨਹੀਂ ਮੰਗਣ ਵਾਸਤੇ ਕਿਤੇ ਜਾਂਦੇ ਜਿੱਦਾਂ ਆ ਜਾ ਰਹੇ ਹੈਗੇ ਉਹ ਕੰਮ ਕਰਦੇ ਆ ਉਦਾਂ ਦੇ ਐਡੀ ਵੱਡੀ ਕੁਰਬਾਨੀ ਐਡੀ ਵੱਡੀ ਕਹਾਣਾ ਘੜਦੇ ਆ ਐਡਾ ਵੱਡਾ ਤਪ ਕਰਦੇ ਆ ਆਪਣੇ ਆਪ ਨੂੰ ਇੰਨਾ ਜ਼ਿਆਦਾ ਸੋਧ ਕੇ ਸਾਧ ਕੇ ਫਿਰ ਫਿਰ ਜਦੋਂ ਉਹ ਵਿਚਰਦੇ ਆ ਨਾ ਮਾਂ ਨੂੰ ਜਦੋਂ ਖਬਰ ਮਿਲਦੀ ਆ ਆਪ ਜਾਂਦੀ ਉਹਦੇ ਕੋਲ ਚੱਲ ਕੇ ਪੁੱਤ ਹੁਣ ਤੂੰ ਕੜ-ਕੜ ਕੇ ਪਛਤਾਵੇ ਦੀ ਅੱਗ ਦੇ ਵਿੱਚ ਇੰਨਾ ਕੁ ਨਿਰਮਲ ਤੇ ਪਾਕ ਪਵਿੱਤਰ ਹੋ ਚੁੱਕਾ ਨਾ ਆ ਅੱਜ ਮੈਂ ਤੈਨੂੰ ਆਪਣੇ ਗਲ ਦੇ ਨਾਲ ਲਾਉਣੀ ਆ ਆ ਜਿਹੜੀ ਕੌਮ ਆ ਨਾ ਕੌਮ ਵੀ ਇੱਕ ਮਾਂ ਦੇ ਬੁੱਕਲ ਦੇ ਵਾਂਗਰਾ ਹੈ ਕੌਮ ਅੱਜ ਇਹਨਾਂ ਨੂੰ ਆਪਣੀ ਬੁੱਕਲ ਦੇ ਵਿੱਚ ਬਿਠਾਉਣ ਨੂੰ ਤਿਆਰ ਨਹੀਂ ਹੈ ਕਿਉਂਕਿ ਕੌਮ ਨੂੰ ਇਹ ਲੱਗਦਾ ਹੈ ਕਿ ਇਹ ਪਛਤਾਵੇ ਦੇ ਹੰਝੂ ਨਹੀਂ ਹੈਗੇ 2027 ਦੇ ਮੋਰੇ ਇਲੈਕਸ਼ਨ ਆਉਣੇ ਆ ਸ਼ਾਇਦ ਇਲੈਕਸ਼ਨਾਂ ਦੀ ਕੋਈ ਤਿਆਰੀ ਹੋ ਰਹੀ ਹੈ ਸ਼ਾਇਦ ਕੁਝ ਹੋਰ ਹੈ ਸ਼ਾਇਦ ਆਪਣੇ ਰਤਬੇ ਸ਼ਾਇਦ ਆਪਣੇ ਹਲਕੇ ਦੇ ਵਿੱਚ ਸਾਡਾ ਆਧਾਰ ਹੁੰਦਾ ਸੀਗਾ ਸ਼ਾਇਦ ਉਹਨੂੰ ਬਚਾਉਣ ਦੇ ਮਾੜੇ ਮੋਟੇ ਯਤਨ ਹੋ ਰਹੇ ਨੇ ਕੌਮ ਐਦਾਂ ਸਮਝਦੀ ਹੈ ਔਰ ਮੈਂ ਇਹ ਸਮਝਦਾ ਕਿ ਇਹਨਾਂ ਨੂੰ ਇਸ ਕਿਸਮ ਦੀਆਂ ਹਰਕਤਾਂ ਜਾਂ ਡਰਾਮੇਬਾਜ਼ੀਆਂ ਜਾਂ ਚਾਲਾਂ ਜਾਂ ਪਛਤਾਵਾ ਜੇ ਸੱਚਮੁੱਚ ਵੀ ਹੁੰਦਾ ਹੋਵੇ ਕਰਨ ਦੇ ਵਾਸਤੇ ਉੱਥੇ ਮਾਫੀ ਮੰਗਣ ਦੀ ਜ਼ਰੂਰਤ ਨਹੀਂ ਹੈਗੀ ਜੇ ਮੇਰੇ ਕੋਲ ਕੋਈ ਸਲਾਹ ਮੰਗੇ ਤਾਂ ਮੈਨੂੰ ਤਾਂ ਇਹ ਲੱਗਦਾ ਕਿ ਪ੍ਰੈਕਟੀਕਲ ਤੁਸੀਂ ਕੰਮ ਕਰਕੇ ਦਿਖਾਓ ਜਿਹੋ ਜਿਹੇ ਗੁਨਾਹ ਬੰਦੇ ਨੂੰ ਆਪ ਨੂੰ ਪਤਾ ਹੀ ਹੁੰਦਾ ਹੈਗਾ ਕਿ ਮੈਂ ਕੀਤਾ ਕੀ ਹੈਗਾ ਉਸ ਤੋਂ ਬਾਅਦ ਫਿਰ ਬੰਦਾ ਨਾ ਉਸ ਅੱਗ ਦੇ ਵਿੱਚ ਇੱਕ ਵਾਰ ਸੜ ਜਾਵੇ ਇੱਕ ਵਾਰ ਜਿੱਡੇ ਵੱਡੀ ਗਲਤੀ ਜਿੱਡੇ ਵੱਡੇ ਪਾਪ ਜਿੱਡੇ ਵੱਡੇ ਗੁਨਾਹ ਉਹਦੋਂ ਕਿਤੇ ਵੱਡੀ ਕੁਰਬਾਨੀ ਕਰਨੀ ਪੈਂਦੀ ਆ ਤਾਂ ਜਾ ਕੇ ਗੁਰੂ ਗੱਲ ਲਾਉਂਦਾ ਤਾਂ ਜਾ ਕੇ ਕੌਮ ਗੱਲ ਲਾਉਂਦੀ ਹੈ ਔਰ ਗੁਰੂ ਅਤੇ ਕੌਮ ਗੱਲ ਲਾ ਵੀ ਲੈਂਦੇ ਹੁੰਦੀ ਹੈ ਸਾਡੀ ਗੁਰਬਾਣੀ ਸਾਨੂੰ ਕਹਿੰਦੀ ਆ ਗੁਰੂ ਸਾਹਿਬ ਜੀ ਸਾਨੂੰ ਕਹਿੰਦੇ ਆ ਪੜੋ ਗੁਰਬਾਣੀ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ ਗੁਰੂ ਬਖਸ਼ਿੰਦ ਹੈ ਪਿਛਲੇ ਕੀਤੇ ਹੋਏ ਔਗਣ ਬਖਸ਼ ਲੈਂਦਾ ਹੈ ਆਗੈ ਮਾਰਗ ਪਾਵੈ ਤੁਹਾਨੂੰ ਅੱਗੇ ਚੰਗੇ ਰਾਹ ਦੇ ਉੱਪਰ ਵੀ ਗੁਰੂ ਪਾਉਂਦਾ ਸਾਰਾ ਕੁਝ ਕਰਦਾ ਪਰ ਉੱਥੇ ਆ ਜਾ ਕੇ ਗੱਲ ਫਿਰ ਇਹੀ ਆ ਕਿ ਕੀ ਸਾਨੂੰ ਸੱਚਮੁੱਚ ਪਛਤਾਵਾ ਹੋ ਰਿਹਾ ਹੈ ਜਾਂ ਅਸੀਂ 2027 ਦੀ ਕੋਈ ਤਿਆਰੀ ਕਰ ਰਹੇ ਹਾਂ ਜਾਂ ਹੁਣ ਫਿਰ ਇਹ ਵੀ ਵੇਖਣਾ ਹੋਊਗਾ ਕਿ ਜਿਹੜੇ ਇਹਨਾਂ ਤੋਂ ਲੰਬੇ ਹੋ ਕੇ ਭਾਵ ਕਿ ਸੁਖਬੀਰ ਬਾਦਲ ਹੋਰਾਂ ਤੋਂ ਲੰਬੇ ਹੋ ਕੇ ਜੇ ਇਧਰੋਂ ਫਿਰ ਦੁਬਾਰਾ ਕੋਈ ਆਫਰ ਆਉਂਦੀ ਹੈ ਐਦਾਂ ਕਿਸੇ ਵੀ ਤਰ੍ਹਾਂ ਦੀ ਮਾਇਆ ਤੋਂ ਲੈ ਕੇ ਉਹਦੇ ਦੀ ਰਤਬੇ ਦੀ ਟਿਕਟ ਦੀ ਇਹ ਉਹ ਕਿਸੇ ਵੀ ਤਰ੍ਹਾਂ ਦਾ ਕੁਝ ਵੀ ਕਿ ਫਿਰ ਉਸ ਵੇਲੇ ਵੀ ਮਨ ਐ ਤਾਂ ਨਹੀਂ ਕਰਦਾ ਕੁਛ ਛੱਡੋ ਪਲਾ ਮਾਫੀਆਂ ਮੁੱਲੀਆਂ ਦੀ ਕਿਹੜੀ ਗੱਲ ਵਾ ਆਪਣੇ ਲੋਕ ਹੈਗੇ ਆ ਉਹਨਾਂ ਨੂੰ ਕਹਿ ਦਾਂਗੇ ਕਿ ਜੀ ਇਦਾਂ ਨਹੀਂ ਐ ਹੋ ਗਈ ਸੀਗੀ ਹੁੰਦੀ ਆ ਇਦਾਂ ਮੈਂ ਆਮ ਲੋਕਾਂ ਨੂੰ ਬੜੀ ਆਪਣੇ ਸਾਰੇ ਵੀਰ ਹੈਗੇ ਨੇ ਬੜੇ ਸੂਝਵਾਨ ਤੇ ਸਿਆਣੇ ਜੋ ਸਾਰੇ ਪੰਜਾਬ ਦੇ ਲੋਕ ਸਾਡੇ ਗੁਰੂ ਘਰੇ ਸਿੱਖ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਬੈਠੇ ਹੋਣ ਅਸੀਂ ਭੁੱਲ ਵੀ ਜਾਂਦੇ ਆ ਸਾਡੇ ਸੁਭਾਅ ਦੇ ਵਿੱਚ ਮੈਂ ਪਰ ਇੱਕ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਕਿ ਕੁਝ ਮਾਮਲਿਆਂ ਦੇ ਵਿੱਚ ਥੋੜੇ ਜਿਹੇ ਸਾਨੂੰ ਸਖਤ ਹੋਣਾ ਵੀ ਜ਼ਰੂਰ ਚਾਹੀਦਾ ਆ ਇੰਨੀ ਜ਼ਿਆਦਾ ਨਰਮਤਾਈ ਸਿੱਪੋ ਲਈ ਜਾਂਦੇ ਕਈ ਵਾਰ ਸਾਰਾ ਕੁਝ ਅਗਰ ਉਹਨੇ ਹਲੇ ਸੌਰੀ ਅਗਲੇ ਨੇ ਹਲੇ ਕੁਛ ਇਦਾਂ ਦਾ ਕੀਤਾ ਵੀ ਨਹੀਂ ਅਸੀਂ ਪਹਿਲਾਂ ਹੀ ਚੱਕ ਕੇ ਕ ਵੀਰੇ ਅਗਲੇ ਨੂੰ ਗੜ ਲਾ ਲੈਨੇ ਆ ਸਾਡੀ ਕਮਜ਼ੋਰੀ ਹੈ ਕਈ ਵਾਰ ਅਸੀਂ ਬੜੇ ਜਜ਼ਬਤੀ ਜੇ ਹੁੰਨੇ ਆ ਕਈ ਵਾਰ ਹੁੰਦਾ ਸਾੜ ਨਾਲ ਇਦਾਂ ਤੁਸੀਂ ਪਿੱਛੇ ਧਿਆਨ ਦੇ ਕਰਕੇ ਵੇਖੋ ਕੀ ਕੁਝ ਨਹੀਂ ਹੁੰਦਾ ਹੈਗਾ ਸੁਖਦੇਵ ਸਿੰਘ ਢੀਂਡ ਸਾਹਿਬ ਜੀ ਇਹਨਾਂ ਨੂੰ ਛੱਡ ਕੇ ਗਏ ਠੀਕ ਆ ਜੀ ਜਦੋਂ ਛੱਡ ਕੇ ਗਏ ਕਹਿੰਦੇ ਚੰਗੇ ਨਹੀਂ ਹੈਗੇ ਤਾਂ ਛੱਡ ਕੇ ਜਾ ਰਹੇ ਆ ਫਿਰ ਵਾਪਸ ਆ ਗਏ ਕਿਉਂ ਫਿਰ ਚੰਗੇ ਹੋ ਗਏ ਸੀਗੇ ਭਲਾ ਫਿਰ ਛੱਡ ਕੇ ਚੱਲ ਜਾਂਦੇ ਆ ਫਿਰ ਕਿਦਾਂ ਹੋ ਜਾਂਦਾ ਬੀਬੀ ਜਗੀਰ ਕੋਰ ਬੀਬੀ ਜਗੀਰ ਕੌਰ ਇੱਕ ਸਮਾਂ ਮੈਨੂੰ ਅੱਜ ਤੱਕ ਵੀ ਉਹ ਕੱਲਾ ਕੱਲਾ ਲਫ਼ਜ਼ ਜੀਤਾ ਉਹ ਕਹਿੰਦੇ ਕਿ ਮੈਨੂੰ ਸੁਖਬੀਰ ਬਾਦਲ ਦੀਆਂ ਅੱਖਾਂ ਦੇ ਵਿੱਚੋਂ ਸਿੱਖ ਕੌਮ ਦਾ ਸੁਨਹਿਰੀ ਭਵਿੱਖ ਨਜ਼ਰ ਆਉਂਦਾ ਹੈ। ਅੱਛਾ ਉਸ ਤੋਂ ਉਦੋਂ ਨਜ਼ਰ ਆਉਂਦਾ ਸੀਗਾ ਵੱਡੇ ਬਾਦਲ ਸਾਬੂਦ ਹੋ ਹੈਗੇ ਸੀਗੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਵਿਚਾਲੇ ਉਹ ਜਿਹੜਾ ਸੁਨਹਿਰੀ ਭਵਿੱਖ ਸੀ ਨਜ਼ਰ ਆਉਣਾ ਹਟ ਗਿਆ ਫਿਰ ਆ ਪਿੱਛੇ ਜਦੋਂ ਪਾਰਟੀ ਛੱਡ ਕੇ ਲਾਂਬੇ ਹੋ ਗਏ ਸੀਗੇ ਫਿਰ ਇਹਨਾਂ ਨੂੰ ਉਹ ਭਵਿੱਖ ਨਜ਼ਰਾਂੋਂ ਹਟ ਗਿਆ। ਫੇਰ ਦੁਬਾਰਾ ਚੱਲ ਗਏ ਸੀਗੇ ਫੇਰ ਭਵਿਕ ਫੇਰ ਨਜ਼ਰ ਆਉਣ ਲੱ ਪੈਂਦਾ ਇਹਨਾਂ ਨੂੰ ਹੁਣ ਫੇਰ ਬਾਗੀ ਹੋਏ ਫਿਰਦੇ ਆ ਹੁਣ ਫੇਰ ਭਵਿਕ ਤੁੰਗਲਾ ਹੋ ਗਿਆ ਇਹਨਾਂ ਨੂੰ ਸੁਖਵੀਰ ਬਾਦਲ ਦੀਆਂ ਅੱਖਾਂ ਦੇ ਵਿੱਚੋਂ ਹੁਣ ਫੇਰ ਨਹੀਂ ਨਜ਼ਰ ਆਉਂਦਾ ਅਮਰਤਪਾਲ ਸਿੰਘ ਹੋਰੀ ਕੱਲ ਤੱਕ ਜੱਜਲੇ ਨਹੀਂ ਸੀਗੇ ਠੀਕ ਹੈ ਜੀ ਹੁਣ ਅੱਜ ਜਚਣ ਵੀ ਲੱ ਪਏ ਆ ਅੱਜ ਮੈਂ ਹਰ ਸਿਮਰਤ ਕੌਰ ਬਾਦਲ ਹੁਣਾਂ ਨੂੰ ਸੁਣ ਰਿਹਾ ਸੀਗਾ ਪਾਰਲੀਮੈਂਟ ਦੇ ਵਿੱਚ ਵੈਸੇ ਮੈਂ ਗੱਲ ਕਰ ਰਿਹਾ ਜਿਹੜੇ ਇਹਨਾਂ ਤੋਂ ਲਾਂਬੇ ਲਾਂਬੇ ਹੋ ਕੇ ਪਰ ਜਿਨ੍ਹਾਂ ਤੋਂ ਲਾਂਬੇ ਹੋ ਕੇ ਉਹ ਗਏ ਹੈਗੇ ਉਹਨਾਂ ਦੀ ਵੀ ਮਾੜੀ ਮਾੜੀ ਨਾਲ ਗੱਲ ਅੱਛਾ ਹਰ ਸਿਮਰਤ ਕੌਰ ਬਾਦਲ ਹੁਣੀ ਅੱਜ ਜਿੱਥੇ ਪੰਜਾਬ ਦੇ ਹੋਰ ਮਸਲਿਆਂ ਬਾਰੇ ਗੱਲ ਕਰ ਲੈ ਸੀਗੇ ਬੜੇ ਵਧੀਆ ਤਰੀਕੇ ਨਾਲ ਅੱਜ ਉਥੇ ਉਹਨਾਂ ਨੇ ਬੋਲਿਆ ਮੈਂ ਸਾਰੀ ਉਹਨਾਂ ਦੀ ਗੱਲਬਾਤ ਸੁਣੀ ਪੰਜਾਬ ਦੇ ਮੁੱਦੇ ਪੰਜਾਬ ਦੇ ਮਸਲੇ ਬੰਦੀ ਸਿੰਘਾਂ ਦਾ ਸਾਰਾ ਕੁਝ ਕੀਤਾ ਉੱਥੇ ਭਾਈ ਅਮਰਤਪਾਲ ਸਿੰਘ ਦੇ ਬਾਰੇ ਵੀ ਗੱਲ ਕੀਤੀ ਔਰ ਜਦੋਂ ਅਮਰਤਪਾਲ ਸਿੰਘ ਇੱਥੇ ਵਿਚਰਨ ਰਿਹਾ ਸੀਗਾ ਖੰਡੇ ਵੱਟ ਦੀ ਪੁਲਿਸ ਕਾਉਣ ਦੀ ਗੱਲ ਕਰਦਾ ਸੀ ਅਮਰਤਪਾਲ ਸਿੰਘ ਆਪਣੇ ਸਾਥੀਆਂ ਸਮੇਤ ਜਦੋਂ ਖਾਲਸਾ ਵਹਿੀਰ ਘਟਦਾ ਸੀਗਾ ਜਦੋਂ ਜਦੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਹੋ ਜੋ ਭਾਈ ਆਪਣੀਆਂ ਸਿੱਖੀ ਰੌ ਰੀਤਾਂ ਦੇ ਉੱਪਰ ਡਟ ਕੇ ਪਹਿਰਾ ਦਿਓ ਜਦੋਂ ਇਦਾਂ ਦਾ ਹੋਕਾ ਦਿੰਦਾ ਸੀ ਉਹ ਉਹਨਾਂ ਸਮੇਂ ਦੇ ਵਿੱਚ ਕੀ ਕਰਦੇ ਸੀ ਭਲਾ ਸਾਨੂੰ 2 ਮਿੰਟ ਦਾ ਸਮਾਂ ਦੇ ਦਿਓ ਸਾਨੂੰ ਇੰਨੇ ਕੁ ਦਿਨਾਂ ਦਾ ਸਮਾਂ ਦੇ ਦਿਓ ਅਈਆਂ ਤੀਰਾਂ ਨੂੰ ਸਿੱਧਾ ਕਰ ਦਾਂਗੇ ਤੁਹਾਡੇ ਹਿਸਾਬ ਦੇ ਨਾਲ ਤਾਂ ਫਿਰ ਭਗਵੰਤ ਮਾਨ ਨੇ ਤੀਰਾਂ ਨੂੰ ਸਿੱਧਾ ਕਰ ਦਿੱਤਾ ਫਿਰ ਤੁਹਾਨੂੰ ਕਦੀ ਤਕਲੀਫ ਹੋਣੀ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਤਦੋਂ ਤੋਂ ਭਗਵੰਤਾਂ ਨੂੰ ਕਹਿਣਾ ਚਾਹੀਦਾ ਵੀ ਧੰਨਵਾਦ ਜਿਹੜਾ ਕੰਮ ਅਸੀਂ ਕਰਨਾ ਸੀ ਤੂੰ ਕਰ ਦਿੱਤਾ ਹੁਣ 헤ਜ ਜਾਗਣ ਲੱਪਿਆ ਇਹ 헤ਜ ਨਹੀਂ ਹੈ ਦਰਸਲ ਮੈਂ ਆ ਗੱਲਾਂ ਕਰਕੇ ਇਹ ਕਹਿਣਾ ਚਾਹੁੰਨਾ ਇਹ ਕੋਈ 헤ਜ ਨਹੀਂ ਹੈਗਾ ਕੋਈ ਪੰਥ ਪੰਜਾਬ ਦੇ ਪ੍ਰਤੀ ਪਿਆਰ ਨਹੀਂ ਹੈਗਾ ਮੈਨੂੰ ਇਹ ਲੱਗਦਾ ਹੈਗਾ ਕਿਉਂਕਿ ਜੇ ਇਦਾਂ ਹੋਵੇ ਫਿਰ ਪਲ 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 ਫਿਰ ਬਦਲਦਾ ਕਿਉਂ ਸਾਰਾ ਕੁਝ ਜਦੋਂ ਡਾਊਨਫਾਲਟ ਹੁੰਨੇ ਆ ਉਦੋਂ ਸਾਨੂੰ ਉਹੀ ਜਿਹੜੇ ਸੂਰਬੀਰ ਕੌਮ ਜਿਹਨਾਂ ਨੂੰ ਮੰਨਦੀ ਯੋਧੇ ਉਹ ਇਹਨਾਂ ਨੂੰ ਉਹ ਜੋ ਦੇ ਲੱਗਣ ਲਾ ਪੈਂਦੇ ਜਦੋਂ ਡਾਊਨ ਚ ਹੁੰਦੇ ਆ ਇਹ ਜਦੋਂ ਇਹ ਆਪ ਹੁੰਦੇ ਆ ਸੱਤਾ 'ਚ ਹੁੰਦੇ ਆ ਫਿਰ ਇਹ ਉਹ ਇਹਨਾਂ ਨੂੰ ਆਤਵਾਦੀ ਨਜ਼ਰ ਆਉਣ ਲੱਗ ਪੈਂਦੇ ਆ ਫਿਰ ਇਹਨਾਂ ਨੂੰ ਭਾਈ ਜਗਤਾਰ ਸਿੰਘ ਹਵਾਰਾ ਕਾਤਲ ਨਜ਼ਰ ਆਉਣ ਲੱਗ ਪੈਂਦਾ ਜਦੋਂ ਸੱਤਾ ਵਿੱਚ ਨਹੀਂ ਹੁੰਦੇ ਜਦੋਂ ਤਿੰਨ ਕ ਸੀਟਾਂ ਦੇ ਸਿਮਟ ਕੇ ਰਹਿ ਜਾਂਦੇ ਆ ਜਦੋਂ ਹਾਸ਼ੀਏ ਤੇ ਖੇਲੇ ਜਾਂਦੇ ਆ ਫਿਰ ਭਾਈ ਜਗਤਾਰ ਸਿੰਘ ਹਵਾਰਾ ਇਹਨਾਂ ਨੂੰ ਚੰਗਾ ਲੱਗਣ ਲਾ ਪੈਂਦਾ ਕਿਉਂ ਅਸੀਂ ਵੀ ਫਿਰ ਇਹਨਾਂ ਨੂੰ ਕਿਵੇਂ ਗੱਲ ਲਾਉਣ ਲਾ ਪੈਂਦੇ ਆ ਤਾਂ ਠੀਕ ਆ ਜੀ ਚਲੋ ਹੁਣ ਗੱਲ ਕਰਦੇ ਆ ਕਰਦੇ ਆ ਗੱਲ ਸਾਡੇ ਹਾਲਾਤ ਐਵੇਂ ਦੇ ਬਣ ਜਾਂਦੇ ਹੈਗੇ ਆ ਪਰ ਮੈਂ ਇੱਕ ਗੱਲ ਜਿਹੜੀ ਹੁਣ ਸਮਾਪਤੀ ਵਾਲ ਨੂੰ ਬਾਦ ਦੇ ਆਂ ਜਿਹੜੇ ਸਾਡੇ ਸੱਜਣ ਹੈਗੇ ਹਨ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਕੱਲ ਵੀ ਗੱਲ ਕੀਤੀ ਸੀ ਭਗਵੰਤ ਮਾਨ ਦੇ ਸਬੰਧ ਵਿੱਚ ਭਗਵੰਤ ਮਾਨ ਨੇ ਕੱਲ ਚੰਡੀਗੜ੍ਹ ਦੀ ਸਪੈਲਿੰਗ ਬੋਲੇ ਸੀਗੇ ਬਾਕੀਆਂ ਨੂੰ ਟਾਂਚਾਂ ਮਾਰੀਆਂ ਉਸ ਤੋਂ ਬਾਅਦ ਭਗਵੰਤ ਮਾਨ ਦੇ ਕੋਲੋਂ ਆਪਣੇ ਕੋਲੋਂ ਵੀ ਸਹੀ ਨਹੀਂ ਬੋਲੇ ਗਏ ਸਿਹਾਰੀ ਬਿਹਾਰੀ ਦਾ ਫਰਕ ਪਾ ਗਿਆ ਤੇ ਵਿੱਚ ਗਾਗਾ ਗੱਗਾ ਹਿਦਾਕਾਰ ਕੋਲ ਕੇ ਕਾਲਾ ਮਲਾ ਜਾ ਕਰ ਗਿਆ ਉਸ ਤੋਂ ਬਾਅਦ ਸਾਡੇ ਵਾਲਿਆਂ ਨੇ ਅਸੀਂ ਆਮ ਲੋਕਾਂ ਨੇ ਅਸੀਂ ਭਗਵੰਤ ਮਾਨ ਦਾ ਕੇਵਲ ਕੇਵਲ ਮਜ਼ਾਕ ਕੇਵਲ ਮਜ਼ਾਕ ਇੱਕ ਦੂਜੇ ਤੋਂ ਵੱਧ ਵੱਧ ਕੇ ਵਧੀਆ ਪੋਸਟ ਪਈ ਲੋਕੀ ਕਹਿੰਦੇ ਐਨੇ ਵਧੀਆ ਪੋਸਟ ਪਈ ਆ ਜੀ ਐਨੇ ਤਾਂ ਤਨ ਕਰਾਤੀ ਸਾਰਾ ਕੁਝ ਅਸੀਂ ਆ ਕੁਝ ਕਰਦੇ ਆ ਕੇਵਲ ਆ ਕੁਝ ਕਰਦੇ ਆ ਕਰਨਾ ਚਾਹੀਦਾ ਪਰ ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਨੇ ਜਿਹਦੇ ਨਾਲ ਅਸੀਂ ਆਪਣੇ ਪੰਥ ਪੰਜਾਬ ਆਪਣੀ ਬੋਲੀ ਆਪਣੀ ਪਾਣੀ ਆਪਣਾ ਸੱਭਿਆਚਾਰ ਆਪਣਾ ਸਾਰਾ ਕੁਝ ਜਿਹਦੇ ਨਾਲ ਆਪਾਂ ਬਚਾ ਸਕਦੇ ਆ ਸਾਨੂੰ ਉਦਾਂ ਦੇ ਉਦਦਮ ਅਤੇ ਉਪਰਾਲੇ ਵੀ ਜ਼ਰੂਰ ਕਰਨੇ ਚਾਹੀਦੇ ਆ ਹੁਣ ਜਿਹੜੇ ਆ ਐਸ ਵੇਲੇ ਹੈਗੇ ਆ ਸੁਖਬੀਰ ਬਾਦਲ ਹੋਰੀ ਜਾਂ ਇਹਨਾਂ ਤੋਂ ਲੰਬੇ ਹੋ ਕੇ ਜੜੇ ਜਾ ਰਹੇ ਆ ਦੋ ਧੜੇ ਸਾਡੇ ਸਾਹਮਣੇ ਇਸ ਵੇਲੇ ਕੇਵਲ ਇਹਨਾਂ ਦਾ ਮਜ਼ਾਕ ਉਡਾਇਆ ਕੇਵਲ ਇਹਨਾਂ ਦੇ ਉੱਪਰ ਟਿੱਕਾ ਟਿੱਪਣੀ ਕੀਤੀਆਂ ਕੇਵਲ ਇਹਨਾਂ ਦੀ ਰੱਜ ਕੇ ਤੈਲ ਆਇਆ ਵੀ ਮੈਂ ਰੱਜ ਕੇ ਤੈਲ ਆਤੀ ਇਹਦੇ ਨਾਲ ਵੀ ਮਸਲਾ ਹੱਲ ਨਹੀਂ ਜੇ ਹੋਣਾ ਇਹ ਵੀ ਗੱਲ ਇੱਕ ਪੱਕੀ ਆ ਬੰਦੇ ਕਿੱਥੋਂ ਲੈ ਕੇ ਆਉਣੇ ਆ ਭਲਾ ਜਿਹੜੇ ਪੰਜਾਬ ਤੇ ਪੰਥ ਦਾ ਭਲਾ ਕਰ ਸਕਣ ਬੰਦੇ ਇੱਥੇ ਸਾਡੇ ਵਿੱਚ ਹੀ ਹੈਗੇ ਆ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੂੰਗਾ ਕਿ ਹੁੰਦਾ ਕਈ ਵਾਰ ਆ ਕਿ ਸੱਚਮੁੱਚ ਕਿਸੇ ਨੂੰ ਪਛਤਾਵਾ ਹੁੰਦਾ ਕਈ ਵਾਰ ਕਿਸੇ ਕਿਸੇ ਨੂੰ ਹੋ ਜਾਂਦਾ ਹੈਗਾ ਇਦਾਂ ਔਰ ਜ ਮੇਰੀ ਇਹ ਜਿਹੜੀ ਮੈਂ ਆ ਗੱਲ ਕਰਨ ਲੱਗਾ ਨਾ ਹੁਣ ਮੇਰੀ ਜਿਹੜੀ ਪਹਿਲਾਂ ਗੱਲਾਂ ਕਰਕੇ ਹਟਿਆ ਕੋਈ ਇਹ ਆਖਿਓ ਬਈ ਪਹਿਲੀਆਂ ਗੱਲਾਂ ਨੂੰ ਖਰੇ ਕੱਟਣ ਲੱਪਿਆ ਖਰੇ ਦੋਗਲੀ ਗੱਲ ਕਰਨ ਕਰ ਗਿਆ ਨਹੀਂ ਮੇਰੇ ਕਹਿਣ ਦਾ ਭਾਵੇਂ ਆ ਕਿ ਜਿਹੜੇ ਨਾ ਤੁਹਾਡੇ ਹੁੰਦੇ ਹੈਗੇ ਆਪਣੇ 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 ਜਿਹੇ ਜਿਹੜੇ ਕਹੋ ਬਈ ਉਹਨਾਂ ਨੂੰ ਛੱਡ ਦੇਈਦਾ ਹੁੰਦਾ ਮੁੜ ਕੇ ਫਿਰ ਜੋ ਮੈਨੂੰ ਲੱਗਦਾ ਹੈਗਾ ਜੋ ਮੈਂ ਚਾਹੁੰਦਾ ਹੈਗਾ ਜੇ ਉਹਨਾਂ ਨੂੰ ਤੁਸੀਂ ਸਜ਼ਾ ਦੇਣੀ ਵੀ ਹੋਵੇ ਜੇ ਤੁਸੀਂ ਉਹਨਾਂ ਨੂੰ ਕੁਝ ਕਹਿਣਾ ਕਰਨਾ ਵੀ ਹੋਵੇ ਆਪ ਪਰ ਉਹਨਾਂ ਦੇ ਨਾਲ ਇਸ ਕਿਸਮ ਦੇ ਨਾਲ ਪੇਸ਼ ਨਹੀਂ ਹੋਣਾ ਚਾਹੀਦਾ ਵੀ ਤੱਕ ਕੇ ਦੂਏ ਪਾਸੇ ਹੀ ਉਹਨਾਂ ਨੂੰ ਵੀ ਤੁਹਾਡੇ ਦੁਸ਼ਮਣ ਵਾਲੇ ਪਾਸੇ ਹੀ ਭੁਗਤ ਜਾਣ ਬਸ ਸ਼ਾਇਦ ਮੈਂ ਆਪਣੀ ਗੱਲ ਚੰਗੀ ਤਰ੍ਹਾਂ ਸਮਝਾ ਸਕਿਆ ਹੋਵਾਂ ਤੁਸੀਂ ਸਮਝ ਸਕਦੇ ਆ ਪਰ ਮੈਨੂੰ ਕਈ ਵਾਰ ਸਮਝਾਉਣਾ ਨਹੀਂ ਆਉਂਦਾ ਹੈਗਾ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਤੁਹਾਡੇ ਦੁਸ਼ਮਣਾਂ ਦੀ ਗਿਣਤੀ ਜ਼ਿਆਦਾ ਨਹੀਂ ਵਧਣੀ ਚਾਹੀਦੀ ਵੱਧ ਤੋਂ ਵੱਧ ਦੋਸਤ ਆਪਣੇ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਤੁਹਾਡੇ ਨਾਲ ਮੋੜੇ ਨਾ ਬੋੜਾ ਡਾਕ ਕੋਈ ਨਹੀਂ ਵੀ ਖੜਦਾ ਜੇ ਨਾਲ ਖੜੇ ਹੋਏ ਆ ਜਿਹੜੇ ਤੁਹਾਡੇ ਹੱਕਤ ਵਿੱਚ ਬੋਲਦੇ ਵੀ ਨਹੀਂ ਹੈਗੇ ਤੁਹਾਡੇ ਲਈ ਨਹੀਂ ਬੋਲਦੇ ਤੁਹਾਡੇ ਜੋ ਤੁਸੀਂ ਚੰਗਾ ਕਰਨਾ ਚਾਹੁੰਦੇ ਉਹ ਨਾਲ ਨਹੀਂ ਵੀ ਕਰਦੇ ਹੈਗੇ ਤਾਂ ਉਹਨਾਂ ਦੇ ਲਈ ਕੁਝ ਇਦਾਂ ਦੇ ਹਾਲਾਤ ਨਾ ਬਣਾਓ ਕਿ ਉਹ ਦੂਏ ਪਾਸੇ ਤੁਹਾਡੇ ਵਿਰੋਧੀਆਂ ਵਾਲੇ ਪਾਸੇ ਜਾ ਕੇ ਖੜ ਜਾਣ ਬਸ ਇੰਨੀ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਆ ਇੰਨਾ ਕ ਆਪਾਂ ਜ਼ਰੂਰ ਧਿਆਨ ਰੱਖੀਏ ਇੱਕ ਗੱਲ ਤੇ ਦੂਸਰੀ ਗੱਲ ਸਮਾਪਤੀ ਵਾਲ ਨੂੰ ਵਾਧੇ ਆ ਜਿਹੜੇ ਪੰਜਾਬ ਦੇ ਵਿੱਚ ਨੌਜਵਾਨ ਖਾਸ ਕਰਕੇ ਨਵੀਂ ਲੀਡਰਸ਼ਿਪ ਜਿੱਦਾਂ ਮੈਂ ਅਕਸਰ ਪਹਿਲਾਂ ਵੀ ਕਿਹਾ ਹੁੰਦਾ ਸੀਗਾ ਕਈ ਵਾਰੇ ਪੰਨੋਂ ਹਾਲ ਤੱਕ ਵੀ ਚੇਤੇ ਆ ਕਿ ਪੰਜਾਬ ਦੇ ਇੱਕ ਵਧੀਆ ਨਵੀਂ ਨਰੋਈ ਐਨ ਗੁਰਦਰ ਸਾਹਿਬ ਮਾਰਗ ਦੇ ਉੱਪਰ ਚੱਲਣ ਵਾਲੀ ਲੀਡਰਸ਼ਿਪ ਸਿੱਖ ਸਿਆਸਤ ਦਾ ਉਭਾਰ ਹੋਣਾ ਬੇਹੱਦ ਜ਼ਰੂਰੀ ਹੈ ਅੱਜ ਕਦੀ ਕਦੀ ਜਦੋਂ ਨਜ਼ਰ ਆਉਂਦਾ ਉਦਾਂ ਦਾ ਉਭਾਰ ਤੇ ਉਸ ਵੇਲੇ ਵੀ ਅੱਖਾਂ ਖੋਲ ਕੇ ਆਪਾਂ ਸਾਰੇ ਜਣੇ ਜ਼ਰੂਰ ਰੱਖੀਏ ਕਈ ਵਾਰਾ ਇਦਾਂ ਹੁੰਦਾ ਕਿ ਸਾਨੂੰ 30 ਸਾਲਾਂ ਬਾਅਦ ਪਤਾ ਲੱਗਦਾ ਜਦੋਂ ਇਹਨਾਂ ਬਾਰੇ ਸੰਤ ਪਿੰਡਰਾ ਵਾਲੇ ਉਹਨਾਂ ਸਮੇਂ ਦੇ ਵਿੱਚ ਦੱਸ ਹੀ ਦੇ ਰਹੇ ਭਈ ਇਹ ਕੇਂਦਰ ਦੀ ਸਰਕਾਰ ਇਹਨਾਂ ਨੂੰ ਦੇ ਰਹੀ ਆ ਦਮ ਭਈ ਤੁਸੀਂ ਇੱਥੇ ਆਪੇ ਆਪ ਨੂੰ ਸਥਾਪਿਤ ਕਰੋ ਉਹ ਕਰ ਰਹੀ ਆ ਸਾਰਾ ਕੁਝ ਉਹ ਕਰਦੇ ਰਹੇ ਆ ਸਾਰਾ ਕੁਝ ਪਰ ਸਾਡੇ ਵਿੱਚੋਂ ਬਹੁਤਿਆਂ ਨੂੰ ਸਾਨੂੰ 30 ਸਾਲਾਂ ਬਾਅਦ ਸਮਝ ਆਉਂਦਾ ਅੱਜ ਜਿਹੜੇ ਲੋਕ ਅੱਪ ਹੋ ਰਹੇ ਹੁੰਦੇ ਆ ਜਾਂ ਜਿਹੜੇ ਅੱਜ ਸਿੱਖ ਲੀਡਰਸ਼ਿਪ ਉੱਭਰ ਨਹੀਂ ਹੁੰਦੀ ਆ ਨਾ ਉਹਨਾਂ ਨੂੰ ਐਪਰੀਸ਼ੀਏਟ ਉਹਨਾਂ ਦਾ ਸਾਥ ਜ਼ਰੂਰ ਦੇਣਾ ਚਾਹੀਦਾ ਅੱਖਾਂ ਖੋਲ ਕੇ ਪਰ ਅੰਨੇ ਹੋ ਕੇ ਨਹੀਂ ਅੰਨੇ ਹੋ ਕੇ ਜਦੋਂ ਤੁਸੀਂ ਸਾਥ ਦਿੰਨੇ ਆ ਨਾ ਫਿਰ ਬਹੁਤ ਵੱਡਾ ਨੁਕਸਾਨ ਹੁੰਦਾ ਆ ਬਹੁਤ ਵੱਡਾ ਨੁਕਸਾਨ ਕਰਨ ਤੋਂ ਬਾਅਦ ਹੀ ਅੱਜ ਅਕਾਲ ਤਖਤ ਸਾਹਿਬ ਦੇ ਉੱਪਰ ਜਾਂਦੇ ਆ ਇੱਕ ਗੱਲ ਮੈਂ ਅਕਸਰ ਕਹਿਣਾ ਹੁੰਦਾ ਕਿ ਜਿੱਦਾਂ ਨਾ ਸਾਡੇ ਕਈ ਵਾਰੀ ਕਹਿੰਦੇ ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਘਰੇ ਆ ਜਾਵੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ ਉਹਨੂੰ ਘਰ ਦੇ ਅੰਦਰ ਬਾੜ ਲੈਣਾ ਚਾਹੀਦਾ ਹੁੰਦਾ ਪਰ ਮੈਥੋਂ ਆਮ ਕਰਕੇ ਕਹਾਵਤ ਇੰਨੀ ਕਹੀ ਆ ਪਰ ਮੈਂ ਇੱਕ ਲਾਈਨ ਹੋਰ ਵਿੱਚ ਵਾਧੂ ਜੁੜੀ ਹੋਈ ਆ ਉਹ ਵੀ ਬੋਲ ਦੇਣਾ ਉਹ ਇਹ ਆ ਜੇ ਤਾਂ ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਘਰੇ ਮੁੜ ਜਾਵੇ ਫਿਰ ਤਾਂ ਜ਼ਰੂਰ ਘਰੇ ਬਾੜ ਲਓ ਪਰ ਜੇ ਸ਼ਾਮ ਵੀ ਬਤਾਵੇ ਬਾਹਰ ਹੀ ਰਾਤ ਵੀ ਸਾਰੀ ਬਾਹਰ ਹੀ ਬਤਾਵੇ ਅਗਲੇ ਦਿਨ ਤੜਕੇ ਸੂਰਜ ਚੜ੍ਹੇ ਨੂੰ ਆਵੇ ਘਰ ਮੁੜ ਕੇ ਵਾਪਸ ਫੇਰ ਮੇਰਾ ਖਿਆਲ ਫੇਰ ਘਰੇ ਇੰਨਾ ਸੋਖਾ ਕਿਸੇ ਨੂੰ ਬਾੜਨਾ ਨਹੀਂ ਚਾਹੀਦਾ ਹੁੰਦਾ ਬਸ ਇੱਥੇ ਮੈਂ ਆਹੀ ਗੱਲ ਕਹਿਣੀ ਚਾਹੁੰਨਾ ਅੱਖਾਂ ਖੋਲ ਕੇ ਰੱਖੀਏ ਜਿਹੜੀ ਚੰਗੀ ਵਧੀਆ ਲੀਡਰਸ਼ਿਪ ਆ ਉਹਦਾ ਉਭਾਰ ਕਰੀਏ ਔਰ ਉਹਦੇ ਵਿੱਚ ਆਪਣਾ ਸਹਿਯੋਗ ਕਰੀਏ ਹਰ ਇੱਕ ਬੰਦੇ ਨੂੰ ਪਰਮਾਤਮਾ ਨੇ ਕੋਈ ਨਾ ਕੋਈ ਗੁਣ ਦੇ ਕੇ ਭੇਜਿਆ ਹ ਜਿਹਦੇ ਵਿੱਚ ਜਿਹੜਾ ਵੀ ਗੁਣ ਹੈਗਾ ਜੇ ਕੋਈ ਵਧੀਆ ਪੱਤਰਕਾਰੀ ਕਰ ਸਕਦਾ ਜੇ ਕਿਸੇ ਨੂੰ ਲੱਗਦਾ ਕਿ ਮੈਂ ਚਾਰ ਬੰਦੇ ਆਪਣੇ ਨਾਲ ਤੋਰ ਸਕਦਾ ਆਪੋ ਆਪਣੇ ਇਲਾਕੇ ਦੇ ਵਿੱਚ ਤੁਸੀਂ ਆਪ ਦੀਆਂ ਜਥੇਬੰਦੀਆਂ ਕਾਇਮ ਕਰੋ ਆਪੋ ਆਪਣੇ ਇਲਾਕਿਆਂ ਦੇ ਵਿੱਚ ਆਪਣੀ ਸਮਰੱਥਾ ਦੇ ਮੁਤਾਬਕ ਜੋ ਜੋ ਵੀ ਪੰਥ ਪੰਜਾਬ ਦੇ ਭਲੇ ਵਾਸਤੇ ਮਨੁੱਖਤਾ ਦੇ ਭਲੇ ਵਾਸਤੇ ਜੋ ਵੀ ਕੁਝ ਚੰਗਾ ਕੀਤਾ ਜਾ ਸਕਦਾ ਉਹ ਜ਼ਰੂਰ ਕਰਨ ਦੀ ਕੋਸ਼ਿਸ਼ ਕਰੋ ਅਕਾਲ ਪੁਰਖ ਵਾਹਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ ਗੁਰਬਾਣੀ ਸਿੱਖ ਇਤਿਹਾਸ ਅਤੇ ਸੇਕਰ ਰਾਰਿਤਾ ਸਾਡੇ ਲਈ ਪ੍ਰੇਰਨਾ ਦਾ ਸਰੋਤ ਨੇ ਆਪਣੇ ਇਤਿਹਾਸ ਤੋਂ ਆਪਾਂ ਜ਼ਰੂਰ ਸਿੱਖੀਏ ਸਾਨੂੰ ਜ਼ਰੂਰ ਅਗਵਾਈ ਬਲੂਗੀ ਅੱਜ ਨਹੀਂ ਤੇ ਕੱਲ ਪੰਥ ਦੀ ਚੜ੍ਹਦੀ ਕਲਾ ਫਿਰ ਜ਼ਰੂਰ ਹੋਜੂਗੀ ਜਾਂਦੇ ਜਾਂਦੇ ਕਮੈਂਟ ਕਰਕੇ ਤੁਸੀਂ ਵੀ ਇੱਕ ਵਾਰਾ ਜ਼ਰੂਰ ਦੱਸਿਓ ਕਿ ਜਿਹੜਾ ਆ ਹੁਣ ਦੁਫਾੜ ਹੋਏ ਇੱਧਰ ਉੱਧਰ ਸੱਜੇ ਖਵੇ ਤੁਰ ਰਹੇ ਹੈ ਗਿਆ ਮਾਫੀਆਂ ਮੰਗਣ ਜਾ ਰਹੇ ਆ ਪਹਿਲਾ ਜ਼ਿਕਰ ਕਰ ਹਟਿਆ ਕਿ ਉਹ ਗਲਤੀਆਂ ਸੀ ਗੁਨਾਹ ਸੀ ਜਾਂ ਪਾਪ ਸੀ ਤੁਹਾਡੇ ਮੁਤਾਬਕ ਤੁਹਾਨੂੰ ਕੀ ਲੱਗਦਾ ਕੀ ਤੁਹਾਨੂੰ ਲੱਗਦਾ ਕਿ ਜੋ ਹੁਣ ਇਹ ਕਰ ਰਹੇ ਨੇ ਇਹਨਾਂ ਨੂੰ ਇਦਾਂ ਕਿਹਾ ਜਾ ਸਕਦਾ ਹੈ ਜਾਂ ਇੱਕ ਹਫ਼ਤੇ ਨਾਲ ਦੇ ਉੱਪਰ ਟੁੱਕਦੀ ਆ ਕਿ ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਘਰੇ ਆ ਗਿਆ ਵਾੜ ਲਓ ਘਰੇ ਇਹਨਾਂ ਨੂੰ ਕੀ ਤੁਹਾਨੂੰ ਲੱਗਦਾ ਕਿ ਇਹਨਾਂ ਨੂੰ ਘਰੇ ਵਾੜ ਲੈਣਾ ਚਾਹੀਦਾ ਹੈ ਜਾਂ ਤੁਹਾਨੂੰ ਵੀ ਇਹੀ ਲੱਗਦਾ ਜੋ ਮੈਨੂੰ ਲੱਗਦਾ ਹੈਗਾ ਕਿ ਉਹਨਾਂ ਨੂੰ ਜੇ ਸੱਚੀ ਪਛਤਾਵਾ ਹੈ ਤਾਂ ਇੱਧਰ ਉੱਧਰ ਮੁਆਫੀ ਮੰਗਣ ਵਾਸਤੇ ਨਾ ਜਾਣ ਸਗੋਂ ਪ੍ਰੈਕਟੀਕਲੀ ਪੰਥ ਅਤੇ ਪੰਜਾਬ ਦੇ ਭਲੇ ਵਾਸਤੇ ਨਾ ਇਲੈਕਸ਼ਨ ਲੜਨ ਨਾ ਕੁਝ ਹੋਰ ਕਾਰਨ ਪ੍ਰੈਕਟੀਕਲੀ ਕੁਝ ਨਾ ਕੁਝ ਚੰਗਾ ਕਰ ਕਰਕੇ ਕਰ ਕਰਕੇ ਕਰ ਕਰਕੇ ਜ਼ਰੂਰ ਵਿਖਾਉਣ ਜ਼ਰੂਰੀ ਨਹੀਂ ਹੈਗਾ ਕਿ ਕੁਰਸੀ ਦੇ ਉੱਪਰ ਬੈਠ ਕੇ ਹੀ ਭਲਿਓ ਤੁਹਾਡਾ ਤੁਹਾਡੇ ਕੋਲੋਂ ਕੁਝ ਕਰ ਹੋਣਾ ਫੇਰ ਹੀ ਤੁਸੀਂ ਕੁਝ ਭਲਾ ਕਰਨਾ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਬਾਗੀ ਹੋ ਹੋ ਕੇ ਉੱਥੋਂ ਹੁਣ ਜਾਣਦੇ ਆ ਤੁਸੀਂ ਸੱਤਾ ਦੇ ਉੱਪਰ ਕਾਬਜ਼ ਹੋਣ ਤੋਂ ਬਿਨਾ ਵੀ ਬਹੁਤ ਕੁਝ ਕਰ ਸਕਦੇ ਹੋ ਇਥੇ ਕੀਤਾ ਬਹੁਤ ਸਾਰੇ ਲੋਕਾਂ ਨੇ ਚੇਤੇ ਕਰੋ ਉਹਨਾਂ ਨੂੰ ਜਿਨ੍ਹਾਂ ਨੂੰ ਜਨ ਫੇਕ ਐਨਕਾਊਂਟਰ ਕਰ ਕਰਕੇ ਮਾਰਤਾ ਜਿਨ੍ਹਾਂ ਨੂੰ ਅਸਲ ਮੁਕਾਬਲੇ 'ਚ ਵੀ ਜਿਹੜੇ ਮਾਰੇ ਗਏ ਜੇ ਤੇ ਕਰੋਨਾ ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਇਲੈਕਸ਼ਨ ਨਹੀਂ ਸੀ ਕੋਈ ਲੜੇ ਤਦ ਦੇ ਵੀ ਕੌਮ ਦੇ ਲੀਡਰ ਸੀਗੇ ਕੌਮ ਉਹਨਾਂ ਨੂੰ ਲੀਡਰ ਮੰਨਦੀ ਸੀਗੀ ਕਰੋ ਕੁਛ ਚੰਗਾ ਚੰਗਾ ਕਰੋ ਕੁਛ ਕੌਮ ਤੁਹਾਨੂੰ ਆਪੇ ਗੱਲ ਲਾ ਲੂਗੀ ਔਰ ਸਾਡੇ ਅਰਗੇ ਪੱਤਰਕਾਰ ਆਪਣੇ ਸਟੂਡੀਓ ਦੇ ਵਿੱਚ ਬੈਠ ਕੇ ਆਪਣੇ ਮਾਈਕ ਲੈ ਲੈ ਕੇ ਤੁਹਾਡੇ ਪਿੱਛੇ ਫਿਰ ਉਦੋਂ ਨਾ ਆਉਣਗੇ ਤਾਂ ਜੋ ਕੌਂ ਕਰਨਾ ਪਰ ਆਪਣੇ ਆਪ ਨੂੰ ਜ਼ਰੂਰ ਪਹਿਲਾਂ ਪੁੱਛੋ ਕਿ ਕੀ ਮੈਨੂੰ ਸੱਚਮੁੱਚ ਪਛਤਾਵਾ ਹੋ ਰਿਹਾ ਹੈ ਜਾਂ ਨਹੀਂ ਆਪਣੇ ਆਪਣੇ ਆਪ ਤੋਂ ਆਪਣੀ ਜ਼ਮੀਰ ਤੋਂ ਜ਼ਿਆਦਾ ਇਸ ਗੱਲ ਦਾ ਜਵਾਬ ਹੋਰ ਕੋਈ ਨਹੀਂ ਦੇ ਸਕਦਾ ਜ਼ਰੂਰ ਕਮੈਂਟ ਕਰਕੇ ਦਰਸ਼ਕੋ ਤੁਸੀਂ ਵੀ ਆਪਣੀ ਰਾਏ ਦਿਓ ਇਹ ਸਾਰੇ ਵਰਤਾਰੇ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਬਹੁਤ ਬਹੁਤ ਧੰਨਵਾਦ